ਜੀ ਤੁਹਾਡਾ ਸਾਰਿਆਂ ਦਾ ਸਾਂਝਾ ਤੇ ਤੁਹਾਡੇ ਸਾਰਿਆਂ ਦਾ ਸਾਂਝੀਆਂ ਗੱਲਾਂ ਲੈ ਕੇ ਫਿਰ ਪੇਸ਼ਾਂ ਹਰ ਮੰਗਲਵਾਰ ਦੀ ਤਰ੍ਹਾਂ। ਤੁਸੀਂ ਦੇਖ ਰਹੇ ਹੋ ਜਸ ਟੀਵੀ ਜਿੰਮੀਵਾਲਾ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਅੱਜ ਗੱਲਾਂ ਕਰਾਂਗੇ ਕਮਿਊਨਿਟੀ ਕਨੈਕਟ ਦੀਆਂ, ਜੋ ਆਪਾਂ ਹਰ ਵੇਲੇ ਪੇਸ਼ ਕਰਦੇ ਹਾਂ ਹਰ ਮੰਡੇ ਟਿਊਜ਼ਡੇ, ਜੋ ਮੰਡੇ ਟਿਊਜ਼ਡੇ 11 ਤੋਂ 12 ਪ੍ਰੋਗਰਾਮ ਹੁੰਦਾ ਆਪਣਾ ਲਾਈਵ, ਤੇ ਆਪਾਂ ਕਮਿਊਨਿਟੀ ਦੀਆਂ ਗੱਲਾਂ ਕਰਾਂਗੇ। ਜੇ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦੀ ਵੀ ਸਾਨੂੰ ਸਲਾਹ ਦੇਣੀ ਚਾਹੁੰਦੇ ਹੋ, ਤੇ ਜ਼ਰੂਰ ਹੇਠ ਲਿਖੇ ਨੰਬਰਾਂ 'ਤੇ ਕਾਲ ਕਰੋ ਜਾਂ ਸਾਨੂੰ ਈਮੇਲ ਵੀ ਭੇਜ ਸਕਦੇ ਹੋ। ਜੋ ਈਮੇਲ ਹਰ ਰੋਜ਼ ਆਪਾਂ ਬੋਲਦੇ ਹਾਂ, ਹਰ ਮੰਗਲਵਾਰ ਅਤੇ ਸੋਮਵਾਰ ਬੋਲੀ ਜਾਂਦੀ ਹੈ ਕਿ ਬਰਾਡ ਜਸ ਬ੍ਰੋਡਕਾਸਟਿੰਗ, ਬਰਾਡ ਐਟ ਜਸ ਬ੍ਰੋਡਕਾਸਟਿੰਗ ਡੋਟ ਕਾਮ, ਇਨਫੋ ਐਟ ਜਸ ਬ੍ਰੋਡਕਾਸਟਿੰਗ ਡੋਟ ਕਾਮ 'ਤੇ ਜਾਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਮੇਰਾ ਪਰਸਨਲ ਨੰਬਰ ਵੀ ਹੈ ਜੋ ਆਪਾਂ ਹਰ ਵਾਰੀ ਦੱਸਦੇ ਹਾਂ, 317-538-5385। ਜੋ ਕਮਿਊਨਿਟੀ ਕਨੈਕਟ ਹੈ, ਆਪਾਂ ਹਰ ਤਰ੍ਹਾਂ ਦੀ ਕਮਿਊਨਿਟੀ ਨੂੰ ਇਹਦੇ ਨਾਲ ਜੋੜਨਾ ਚਾਹੁੰਦੇ ਹਾਂ। ਕਮਿਊਨਿਟੀ ਦਾ ਮਤਲਬ ਇਹ ਹੈ ਕਿ ਹਰ ਤਰ੍ਹਾਂ ਦਾ ਭਾਈਚਾਰਾ, ਆਪਣਾ ਜਿਹੜਾ ਪੰਜਾਬੀ ਭਾਈਚਾਰਾ, ਉਹ ਚਾਹੇ ਤੁਸੀਂ ਉਸ ਨੂੰ ਲਾ ਲਓ ਕਿ ਜੇ ਪੱਗ ਬੰਨੀ ਆ, ਜ਼ਰੂਰੀ ਨਹੀਂ ਕਿ ਤੁਸੀਂ ਪੱਗ ਬੰਨ ਕੇ ਹੀ ਪੰਜਾਬੀ ਬਣਨਾ, ਜਾਂ ਪੱਗ ਲਾ ਕੇ ਟਰਬਨ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਪਗੜੀ ਕਹਿ ਲੈਂਦੇ ਹਾਂ, ਹਰ ਇੱਕ ਦਾ ਆਪਣਾ ਆਪਣਾ ਨਾਮ ਦਿੱਤਾ ਹੋਇਆ, ਉਹ ਬੰਨ ਕੇ ਪੰਜਾਬੀ ਨਹੀਂ ਬਣਨਾ ਅਤੇ ਲਾ ਕੇ ਪੰਜਾਬੀ ਨਹੀਂ ਬਣਨਾ। ਜਿਹੜੇ ਲਾਏ ਹੋਏ ਵਾਲੇ ਨੇ ਉਹ ਵੀ ਪੰਜਾਬੀ ਨੇ, ਜਿਹਨੇ ਪਾਈ ਹੋਈ ਆ ਉਹ ਵੀ ਪੰਜਾਬੀ ਨੇ। ਜਦੋਂ ਪੰਜਾਬੀ ਦੀ ਗੱਲ ਕਰੀਏ, ਪੰਜਾਬੀ ਬੜੇ ਹੀ ਵੱਡੇ ਪੱਧਰ 'ਤੇ ਫੈਲਰੇ ਹੋਏ ਆ, ਔਰ ਜੇ ਇਸ ਪਾਸੇ ਨੂੰ ਦੇਖੀਏ ਕਿ ਪੰਜਾਬੀਆਂ ਦੇ ਕਾਰੋਬਾਰਾਂ ਨੂੰ ਜਾਂ ਪੰਜਾਬੀ ਕੀ ਕਰਦੇ ਨੇ, ਪੰਜਾਬੀ ਹੁਣ ਹਰ ਖੇਤਰ ਦੇ ਵਿੱਚ ਨੇ। ਜੇ ਮੈਡੀਕਲ ਦਾ ਫੀਲਡ ਲਾ ਲਓ, ਉੱਥੇ ਵੀ ਨੇ। ਜੇ ਆਪਾਂ ਰੈਸਟੋਰੈਂਟ ਦੀ ਗੱਲ ਕਰੀਏ, ਉਹਨਾਂ 'ਚ ਵੀ ਨੇ। ਜਿਹੜੇ ਜਿੱਥੇ ਤੱਕ ਵੀ ਜਾਈਏ, ਇੱਥੇ ਤੱਕ ਆਪਣਾ ਜਿਹੜਾ ਜਸ ਟੀਵੀ ਆ, ਉਹ ਵੀ ਆਪਣੇ ਪੰਜਾਬੀ ਭੈਣ ਜੀ ਹੁਣੀ ਚਲਾਇਆ ਹੋਇਆ, ਪੰਜਾਬੀ ਦੇ ਕਾਫੀ ਟੀਵੀ ਨੇ। ਜੇ ਕੈਨੇਡਾ 'ਚ ਲਾਈਏ, ਉੱਥੇ ਵੀ ਹੁਣ ਤਾਂ ਜਿਹੜੇ IPTV ਤਾਂ ਬਹੁਤ ਖੁੱਲ੍ਹੇ ਹੋਏ ਨੇ। ਜੇ ਪੰਜਾਬੀਆਂ ਨੇ ਕੋਈ ਐਸਾ ਖੇਤਰ ਨਹੀਂ ਛੱਡਿਆ, ਮੈਨੂੰ ਲੱਗਦਾ ਕਿ ਜਿਹਦੇ ਵਿੱਚ ਹੁਣ ਪੰਜਾਬੀ ਨਹੀਂ ਹੈਗੇ। ਜੇ ਆਪਾਂ ਜਦੋਂ ਕਮਿਊਨਿਟੀ ਦੀ ਗੱਲ ਕਰਦੇ ਹਾਂ, ਕਮਿਊਨਿਟੀ ਜਦੋਂ ਆਪਾਂ ਇਸ ਨੂੰ ਮੰਨਦੇ ਹਾਂ ਕਿ ਜਿਸ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਕਾਫੀ ਇੱਥੇ ਗੰਭੀਰ ਜਿਹੜਾ ਮਾਮਲਾ ਸੀ ਇੰਡੀਆ ਦੇ ਵਿੱਚ ਵਰਤਿਆ, ਉਹਦੇ ਵਿੱਚ ਵੀ ਸਾਰੀ ਕਮਿਊਨਿਟੀ ਇਕੱਠੀ ਹੋਈ ਹੈ, ਕਾਫੀ ਉਹਨੇ ਪ੍ਰੋਗਰਾਮ ਲਈ ਕੇ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਸੁਧਾਰ ਕਰਨ ਦੀ ਸੋਚ ਰਿਹਾ। ਗਵਰਨਰ ਤੱਕ ਵੀ ਪਹੁੰਚੇ ਹੋਏ ਆ, ਔਰ ਮਾਈਕ ਪੈਂਸ ਜੋ ਵਾਈਸ ਪ੍ਰੈਜ਼ੀਡੈਂਟ ਸੀ, ਉਹ ਵੀ ਇੰਡੀਆ ਦਾ ਹੀ ਰਹਿਣ ਵਾਲਾ ਹੈ, ਉਹਦੇ ਤੱਕ ਵੀ ਪਹੁੰਚ ਕੀਤੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਐਸੀਆਂ ਘਟਨਾਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਿਵੈਂਟ ਕੀਤਾ ਜਾਵੇ ਕਿ ਇਹ ਚੀਜ਼ਾਂ ਨਾ ਹੋਣ, ਤਾਂ ਕਿ ਕਮਿਊਨਿਟੀ ਜਿਹੜੀ ਆ ਉਹ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕੇ, ਔਰ ਹਰ ਇੱਕ ਬੰਦਾ ਉਸ ਗੱਲ ਨੂੰ ਸੇਫ ਫੀਲ ਕਰੇ ਕਿ ਕਿਤੇ ਵੀ ਜਾਣਾ ਹੋਵੇ, ਜਾਂ ਤੁਸੀਂ ਵਾਲਮਾਰਟ ਜਾਂਦੇ ਹੋ ਜਾਂ ਕਿਤੇ ਵੱਡੇ ਵੇਅਰ ਹਾਊਸ ਕੰਮ ਕਰਨ ਜਾਂਦੇ ਹੋ ਜਿੱਥੇ ਜ਼ਿਆਦਾ ਮਾਤਰਾ ਵਿੱਚ ਲੋਕ ਨੇ। ਹਮੇਸ਼ਾ ਦੇਖਣ ਵਿੱਚ ਆਇਆ ਕਿ ਇਹ ਜਿਹੜੇ ਇੰਸੀਡੈਂਟ ਨੇ ਹਮੇਸ਼ਾ ਜਦੋਂ ਵੀ ਹੋਏ ਨੇ, ਜਿੰਨਾ ਮਰਜ਼ੀ ਬਹਿਕ ਜਾ ਕੇ ਦੇਖ ਲਓ, ਉੱਥੇ ਹੀ ਕੀਤੇ ਗਏ ਜਿੱਥੇ ਪਬਲਿਕ ਜ਼ਿਆਦਾ ਸੀ, ਕਿ ਕਈ ਲੋਕਾਂ ਦੀ ਸੋਚ ਆ ਕਿ ਜ਼ਿਆਦਾ ਪਬਲਿਕ ਦੇ ਵਿੱਚ ਜਾ ਕੇ ਕਰਾਂਗੇ ਤਾਂ ਉੱਥੇ ਲੋਕ ਜ਼ਿਆਦਾ ਮਰਨਗੇ, ਜਾਂ ਉਹ ਗੇਮ ਸਮਝਦੇ ਨੇ ਇਸ ਨੂੰ, ਜਾਂ ਆਪਣਾ ਕੋਈ ਗੁੱਸਾ ਜਾਂ ਫਰਾਸਟ੍ਰੇਸ਼ਨ ਕੱਢਣੀ ਚਾਹੁੰਦੇ ਨੇ। ਇਹ ਕਈ ਲੋਕਾਂ ਦੀ ਹੌਬੀ ਵੀ ਬਣ ਜਾਂਦੀ ਆ ਕਿ ਉਹ ਗੇਮਾਂ ਖੇਡਦੇ ਖੇਡਦੇ ਰੀਅਲ ਲਾਈਫ 'ਚ ਵੀ ਇਹ ਸੋਚ ਲੈਂਦੇ ਕਿ ਰੀਅਲ ਲਾਈਫ ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਗੇਮ ਖੇਡ ਰਿਹਾ, ਇਸੇ ਤਰ੍ਹਾਂ ਹੀ ਬੰਦੇ ਮਾਰਨੇ ਨੇ। ਉਹ ਬੰਦਿਆਂ ਨੂੰ ਖੇਡਦੇ ਖੇਡਦੇ ਬੰਦਿਆਂ ਦੇ ਮਾਰਨ ਤੱਕ ਰੀਅਲ ਲਾਈਫ ਦੇ ਵਿੱਚ ਇੰਨਾ ਕਾਂ ਚੱਲ ਜਾਂਦੇ ਨੇ ਕਿ ਉਹਨਾਂ ਨੂੰ ਇਹ ਗੇਮ ਲੱਗਣ ਲੱਗ ਜਾਂਦੀ ਆ। ਜਾਂ ਆਪਾਂ ਕਹਿ ਦਈਏ ਕਿ ਜਿੱਦਾਂ ਪੁਲਿਸ ਨੇ ਵੈਰੀਫਾਈ ਕੀਤਾ ਕਿ ਜਿਹੜੇ ਮੁੰਡੇ ਨੇ ਗੋਲੀ ਚਲਾਈ ਸੀ ਉਹ 19 ਸਾਲ ਦਾ ਸੀ ਅਤੇ ਉਹਨੂੰ ਮੈਂਟਲੀ ਪ੍ਰੋਬਲਮ ਸੀ। ਆਪਾਂ ਫਿਰ ਉੱਥੇ ਵਾਪਸ ਆਉਂਦੇ ਕਿ ਕਮਿਊਨਿਟੀ, ਚਾਹੇ ਉਹ ਸਾਡੀ ਆ ਪੰਜਾਬੀਆਂ ਦੀ ਜਾਂ ਗੋਰਿਆਂ ਦੀ ਜਾਂ ਕਾਲਿਆਂ ਦੀ ਹੋਵੇ ਜਾਂ ਮਕਸੀਕਿਆਂ ਦੀ ਹੋਵੇ ਜਾਂ ਚੀਨੀਆਂ ਦੀ ਹੋਵੇ ਜਾਂ ਅਰਬੀ ਰਹਿੰਦੇ ਹੋਣ, ਇਨਸਾਨ ਜਿਹੜਾ ਇੱਕ ਇਨਸਾਨ ਹੈ। ਮੈਂ ਇਹ ਮੰਨਦਾ ਕਿ ਇਨਸਾਨ ਨੂੰ ਇੱਕ ਇਨਸਾਨ ਦੀ ਤਰ੍ਹਾਂ ਦੇਖੋ, ਉਹ ਰੰਗ ਨਾ ਦੇਖੋ ਉਹਦਾ, ਉਹਦਾ ਦੇਖੋ ਨਾ ਕਿ ਕਿਹੜੀ ਬੋਲੀ ਬੋਲਦਾ ਜਾਂ ਕਿਹੜੀ ਕਮਿਊਨਿਟੀ ਆ, ਇਹ ਨਾ ਦੇਖੋ ਕਿ ਇਹਨੂੰ ਪੰਜਾਬੀ ਨਹੀਂ ਆਉਂਦੀ ਇਹ ਤਾਂ ਹਿੰਦੀ ਬੋਲਦਾ ਜਾਂ ਆਪਣਾ ਪੰਜਾਬੀ ਨਹੀਂ ਆਉਂਦੀ, ਉਹ ਵੀ ਇੱਕ ਪੰਜਾਬੀਆਂ ਦੀ ਤਰ੍ਹਾਂ ਸਿਰਫ ਉਹਦੀ ਬੋਲੀ ਹੋਰ ਆ। ਉਹ ਬੋਲੀ ਇਸ ਕਰਕੇ ਹੋਰ ਬੋਲਦਾ ਕਿ ਉਹ ਪਹਿਲਾਂ ਤੋਂ ਜੋ ਜਿਸ ਬੋਲੀ ਵਿੱਚ ਉਹ ਜੰਮਿਆ ਪੜਿਆ ਉਹ ਬੋਲੀ ਉਹ ਬੋਲਦਾ। ਜੇ ਇੱਕ ਪੰਜਾਬੀ ਨੂੰ ਗੁਜਰਾਤ ਵਿੱਚ ਪੈਦਾ ਕੀਤਾ ਜਾਵੇ, ਮੈਂ ਗਰੰਟੀ ਦਿੰਦਾ ਕਿ ਪੰਜਾਬੀ ਵੀ ਗੁਜਰਾਤੀ ਹੀ ਬੋਲੂਗਾ। ਇਹਦਾ ਮਤਲਬ ਇਹ ਨਹੀਂ ਕਿ ਉਹ ਪੰਜਾਬੀ ਨਹੀਂ, ਹਾਂ ਹੈ ਪੰਜਾਬੀ, ਲੇਕਿਨ ਉਹਦਾ ਜਿਹੜਾ ਜੰਮ ਪੜਿਆ, ਜਿਹੜਾ ਉਹਦਾ ਪਾਲਣ ਪੋਸ਼ਣ ਆ, ਉਹ ਜਿੱਥੇ ਹੋਇਆ ਉਹ ਉੱਥੇ ਦੀ ਬੋਲੀ ਬੋਲੂਗਾ। ਜਿਸ ਤਰ੍ਹਾਂ ਦਾਸ ਨੂੰ ਵੀ ਸਪੈਨਿਸ਼ ਆਉਂਦੀ ਹੈ ਕਿਉਂਕਿ ਆਪਾਂ ਉਹਨਾਂ ਦੇ ਕੋਲ ਨਾਲ ਪੜ੍ਹੇ ਹਾਂ, ਉੱਥੋਂ ਹਾਈ ਸਕੂਲ ਕੀਤਾ ਕੈਲੀਫੋਰਨੀਆ ਤੋਂ, ਉਹ ਬੋਲੀ ਵੀ ਸਿੱਖ ਗਏ, ਉਹਦੇ ਨਾਲ ਪੰਜਾਬੀ ਨਹੀਂ ਭੁੱਲੀ। ਪੰਜਾਬੀ ਆਪਾਂ ਮਾਂ ਬੋਲੀ ਹੈ ਆਪਾਂ ਜਿਹੜੀ ਸਿੱਖ ਕੇ ਆਏ ਪੰਜਾਬ ਤੋਂ। ਔਰ ਜਿਹੜੇ ਆਪਾਂ ਜੇ ਗੱਲ ਕਰੀਏ ਦਿੱਲੀ ਜਾਂ ਬੰਬੇ ਜਾ ਕੇ ਪੰਜਾਬੀ ਰਹਿਣ ਲੱਗ ਗਏ, ਉਹ ਵੀ ਮਿਕਸ ਕਰਕੇ ਪੰਜਾਬੀ ਬੋਲਦੇ ਨੇ, ਹਿੰਦੀ ਪੰਜਾਬੀ ਮਿਕਸ ਕਰਕੇ ਬੋਲਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਪੰਜਾਬੀ ਨਹੀਂ ਰਹੇ, ਹਾਂ ਪੰਜਾਬੀ ਨੇ, ਪਰ ਮੁੜ ਕੇ ਜਦੋਂ ਕਮਿਊਨਿਟੀ ਦੀ ਗੱਲ ਆ ਜਾਂਦੀ, ਜਦੋਂ ਕਮਿਊਨਿਟੀ ਦੀ ਗੱਲ ਆਉਂਦੀ, ਉੱਥੇ ਆਪਾਂ ਨੂੰ ਜ਼ਰੂਰ ਸੋਚਣਾ ਪਊਗਾ ਦੋ ਪਲ ਠਹਿਰ ਕੇ, ਕਿ ਬੜੇ ਹੀ ਠੰਡੇ ਦਿਮਾਗ ਨਾਲ ਕਿ ਅਸੀਂ ਕੀ ਐਸਾ ਕਰੀਏ, ਜਾਂ ਜਿਹੜੀ ਸਾਡੀ ਸੋਚ ਆ ਉਹ ਕਿਹੜੇ ਪਾਸੇ ਲੈ ਕੇ ਜਾਈਏ
ਕਿ ਜਿਹੜਾ ਸਾਨੂੰ ਹਰ ਜਗ੍ਹਾ ਤੇ ਅਸੀਂ ਸੁਰੱਖਿਅਤ ਹੋਈਏ, ਸਾਨੂੰ ਵੀ ਸੇਫਟੀ ਹੋਵੇ ਸਾਡੀ ਵੀ, ਉਹ ਜਿਹੜੀ ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ ਜਾਂ ਸਕੂਲੇ ਜਾਂਦੇ ਹਾਂ ਜਾਂ ਸ਼ੋਪਿੰਗ ਕਰਨ ਜਾਂਦੇ, ਜਿੱਥੇ ਵੀ ਅਸੀਂ ਗਏ, ਉਹ ਸਾਰੀਆਂ ਸੇਫ ਜਿਹੜੀਆਂ ਚੀਜ਼ਾਂ ਸੇਫ ਹੋਣ। ਉਹਦੇ ਨਾਲ ਕੀ ਆ ਕਿ ਇੱਕ ਥੋੜ੍ਹਾ ਜਿਹਾ 2 ਮਿੰਟ ਬੈਠ ਕੇ ਸੋਚਣ ਦੀ ਲੋੜ ਹੈ ਠੰਡੇ ਦਿਮਾਗ ਨਾਲ, ਕਿ ਸਾਡੀ ਜਿਹੜੀ ਸੋਚ ਆ ਜਾਂ ਸਾਡਾ ਆਲਾ ਦੁਆਲਾ ਆ ਉੱਥੇ ਕੀ ਹੋ ਰਿਹਾ, ਉਹਨੂੰ ਜ਼ਰੂਰ ਅਬਜ਼ੋਰਵ ਕਰਨ ਦੀ ਲੋੜ ਆ ਕਿ ਸਾਡਾ ਆਲੇ ਦੁਆਲੇ ਕੀ ਹੋ ਰਿਹਾ। ਜੇ ਤੁਹਾਨੂੰ ਕੋਈ ਵੀ ਮਾੜੀ ਵੀ ਸ਼ੱਕ ਆ ਇਸ ਕੰਟਰੀ ਦੇ ਵਿੱਚ, ਸਪੈਸ਼ਲੀ USA ਦੇ ਵਿੱਚ ਜਾਂ ਕੈਨੇਡਾ ਜਾਂ ਇੰਗਲੈਂਡ ਵੀ ਜਾਓ, ਜਿਹੜੀ ਪੁਲਿਸ ਆ ਉਹ ਬਹੁਤ ਹੀ ਗੰਭੀਰ ਨਾਲ ਤੁਹਾਡੀ ਗੱਲ ਸੁਣਦੀ ਆ। ਤੁਸੀਂ ਇੱਕ ਵਾਰੀ ਗੱਲ ਕਰਕੇ ਦੇਖੋ ਉਹਨਾਂ ਨਾਲ ਕਿ ਸਾਡੇ ਆਲੇ ਦੁਆਲੇ ਸਾਡੇ ਨੇਬਰ ਨੇ ਜਾਂ ਸਾਡੇ ਗੁਆਂਢ ਹੋਵੇ ਜਾਂ ਸਾਡੇ ਜਿੱਥੇ ਅਸੀਂ ਜਾਂਦੇ ਹਾਂ ਵਰਕਰ ਜਿਹੜੇ ਨਾਲ ਕੰਮ ਕਰਦੇ ਨੇ ਜਾਂ ਕੋਈ ਸਾਡਾ ਭੈਣ ਭਾਈ ਆ, ਉਹਦੀਆਂ ਗੱਲਾਂ ਸੁਣੋ। ਗੱਲਾਂ ਦੇ ਵਿੱਚੋਂ ਤੁਹਾਨੂੰ ਪਤਾ ਲੱਗੂਗਾ ਕਿ ਬੰਦੇ ਨੂੰ ਪ੍ਰੋਬਲਮ ਆ ਜਾਂ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਗੱਲਾਂ ਦੇ ਵਿੱਚੋਂ ਬਹੁਤ ਕੁਛ ਪਤਾ ਲੱਗ ਜਾਂਦਾ ਜੇ ਤੁਸੀਂ ਪਤਾ ਕਰਨਾ ਚਾਹੋ ਤਾਂ, ਕਿ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਕੀ ਸੋਚ ਰਿਹਾ ਜਾਂ ਉਹਦੀ ਜਿਹੜੀ ਵਿਚਾਰਧਾਰਾ ਉਹ ਕਿੱਦਾਂ ਦੀ ਹੈ। ਇਹ ਜ਼ਰੂਰੀ ਨਹੀਂ ਕਿ ਉਹ ਬੰਦਾ ਕਿਸ ਕਮਿਊਨਿਟੀ ਦਾ, ਬੰਦਾ ਉਹ ਪੰਜਾਬੀ ਹੋਵੇ ਸਪੈਨਿਸ਼ ਹੋਵੇ, ਹਰ ਇੱਕ ਦੇ ਵਿਚਾਰ ਅਲੱਗ ਅਲੱਗ ਹੁੰਦੇ ਨੇ, ਉਹ ਹਰ ਇੱਕ ਦੀ ਸੋਚ ਜਿਹੜੀ ਆ ਉਹ ਅਲੱਗ ਅਲੱਗ ਹੁੰਦੀ ਆ। ਹਰ ਇੱਕ ਬੰਦੇ ਦੀ ਜਿਹੜੀ ਸੋਚ ਆ ਉਹ ਗਲਤ ਨਹੀਂ ਹੁੰਦੀ, ਪਰ ਜਿਹੜੀ ਸੋਚ ਗਲਤ ਹੁੰਦੀ ਉਹ ਵੀ ਤੁਹਾਡੇ ਸਾਹਮਣੇ ਆ ਜਾਂਦੀ, ਲੇਕਿਨ ਤੁਸੀਂ ਉਹਨੂੰ ਨਹੀਂ ਪਕੜ ਪਾਏ ਜਾਂ ਉਸ ਨੂੰ ਧਿਆਨ ਨਹੀਂ ਦਿੱਤਾ ਕਿ ਬੰਦਾ ਕਿਹੜੀ ਗੱਲ ਕਰਦਾ ਹੈ। ਕਿਤੇ ਨਾ ਕਿਤੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਐਕਸੀਡੈਂਟ ਵੀ ਕਰਦਾ ਜਾਂ ਉਹ ਇਸ ਤਰ੍ਹਾਂ ਦੀ ਘਟਨਾ ਦਾ ਉਹਨੂੰ ਆਪਾਂ ਮੰਨਦੇ ਕਿ ਇਹ ਬੰਦੇ ਕਰਕੇ ਹੋਈ ਆ, ਉਹ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਧਿਆਨ ਦਿਉਂਗੇ ਤਾਂ ਉਹ ਬੰਦਾ ਉਹ ਗੱਲ ਕਰਦਾ ਹੁੰਦਾ, ਸਿਰਫ ਆਪਾਂ ਸੁਣਦੇ ਨਹੀਂ ਧਿਆਨ ਨਾਲ। ਜੇ ਸੁਣੀਏ ਤਾਂ ਉਹਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿਸੇ ਵੇਲੇ ਇੱਦਾਂ ਦਾ ਗਲਤ ਕੰਮ ਵੀ ਕਰ ਸਕਦਾ, ਕਿਉਂਕਿ ਬੰਦਾ ਇੱਕੋ ਦਿਨ ਉਸ ਪਾਸੇ ਨਹੀਂ ਜਾਂਦਾ, ਕਾਫੀ ਅਰਸੇ ਤੋਂ ਉਹ ਬੰਦਾ ਇਸ ਪਾਸੇ ਸੋਚਦਾ ਹੁੰਦਾ ਜਾਂ ਗੇਮ ਖੇਡਦਾ ਹੁੰਦਾ ਇੱਦਾਂ ਦੀ, ਜਾਂ ਉਹਦਾ ਜਿਹੜੀ ਰੁਚੀ ਆ ਉਹ ਇਹਨਾਂ ਚੀਜ਼ਾਂ 'ਚ ਹੁੰਦੀ ਆ ਕਿ ਉਹਨੇ ਉਹਨੂੰ ਬੰਦੇ ਮਾਰਨੇ ਹੀ ਚੰਗੇ ਲੱਗਦੇ। ਕਾਫੀ ਜਿਹੜੇ ਐਪੀਸੋਡ ਨੇ, ਸ਼ੋਅ ਹੈਗੇ ਨੇ ਜਿਹੜੇ ਅਮੈਰੀਕਨ ਸ਼ੋਅ ਨੇ, ਇੰਡੀਅਨ ਸ਼ੋਅ ਵੀ ਨੇ, ਜਿਨ੍ਹਾਂ ਦੇ ਵਿੱਚ ਬਹੁਤ ਕੁਛ ਦਿਖਾਇਆ ਜਾਂਦਾ। ਜੇ ਦੇਖੋ ਕਿ ਕਈ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਿ ਪਰਮਾਨੈਂਟ ਮਰਡਰ ਆ ਜਾਂ ਪਰਮਾਨੈਂਟ ਕਿਲਰ ਆ, ਉਹ ਪਰਮਾਨੈਂਟ ਕਿਲਰ ਤਾਂ ਹੀ ਉਹਨੂੰ ਕਿਹਾ ਜਾਂਦਾ ਕਿ ਉਹ ਬੰਦੇ ਮਾਰਨ ਵਿੱਚ ਕੋਈ ਜਾਂ ਕਿਸੇ ਹਿਊਮਨ ਦੀ ਜਾਨ ਲੈਣ ਵਿੱਚ ਉਹ ਕੋਈ ਸੰਕੋਚ ਨਹੀਂ ਕਰਦਾ। ਉਸ ਨੂੰ ਆਪਾਂ ਕਹਿ ਦਿੰਦੇ ਕਿ ਇਹ ਪੇਸ਼ਾਵਰ ਕਿਲਰ ਆ। ਪੇਸ਼ਾਵਰ ਕਿਲਰ ਦਾ ਮਤਲਬ ਕਿ ਉਹਦਾ ਕੰਮ ਹੀ ਇਹ ਆ। ਜੇ ਇਸੇ ਜਿਹੇ ਬੰਦਿਆਂ ਨਾਲ ਤੁਸੀਂ ਬੈਠੋਗੇ ਜਾਂ ਗੱਲ ਕਰੋਗੇ ਜਾਂ ਉਹਨੂੰ ਅਬਜ਼ੋਰਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜਾ ਬੰਦਾ ਹੈ ਇਹਦੇ ਬਾਰੇ ਆਪਾਂ ਆਪਣੀ ਲੋਕਲ ਜਿਹੜੀ ਪੁਲਿਸ ਆ ਜਾਂ ਜਿਹੜੇ ਜਿਸ ਵੀ ਲੈਵਲ 'ਤੇ ਮੈਂਟਲ ਹੋਸਪਿਟਲ ਹੈਗੇ ਨੇ ਜਾਂ ਬਹੁਤ ਸੰਸਥਾ ਬਣੀਆਂ ਹੋਈਆਂ, ਜੇ ਉਹਨਾਂ ਨੂੰ ਤੁਸੀਂ ਇਸ ਪਾਸੇ ਲੈ ਕੇ ਜਾਓ ਤਾਂ ਜ਼ਰੂਰ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ, ਮੈਂ ਮੰਨਦਾ ਇਹ। ਪਹਿਲਾਂ ਵੀ ਅਕਸਰ ਮੈਂ ਗੱਲ ਕਹਿੰਦਾ ਕਿ ਪਿਆਰ ਦੇ ਨਾਲ ਬਹੁਤ ਕੁਝ ਜਿੱਤਿਆ ਜਾ ਸਕਦਾ, ਔਰ ਗੁੱਸੇ ਜਾਂ ਲੜਾਈ ਦੇ ਨਾਲ ਕੁਛ ਨਹੀਂ, ਪਿਆਰ ਦੇ ਨਾਲ ਤੁਸੀਂ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਜਾ ਸਕਦੀਆਂ ਤੁਹਾਡੇ ਨਾਲ ਜੇ ਪਿਆਰ ਕਰੋ ਤਾਂ। ਪਰ ਜੇ ਉਸਦਾ ਦਿਖਾਵਾ ਕਰਨਾ ਫਿਰ ਨਹੀਂ ਕਿਤੇ ਪਹੁੰਚਣਾ। ਜੇ ਤੁਸੀਂ ਅਸਲੀਅਤ ਤੋਂ ਵਿੱਚੋਂ ਇਨਸਾਨ ਬਣੋ, ਜਿਹੜੇ ਅਸਲੀਅਤ ਹੈ ਤੁਹਾਡੀ ਇਨਸਾਨੀਅਤ ਤੁਹਾਨੂੰ ਚੰਗੇ ਕੰਮ ਵੱਲ ਲੈ ਕੇ ਜਾਊਗੀ। ਜਦੋਂ ਚੰਗਾ ਕੰਮ ਕਰੋਗੇ ਤੁਹਾਡਾ ਆਪ ਦੀ ਜ਼ਿੰਦਗੀ ਜਿਹੜੀ ਆ, ਨਿੱਜੀ ਤੁਹਾਡੀ ਪਰਸਨਲ ਲਾਈਫ, ਉਹ ਬਿਲਕੁਲ ਰੰਗੀਨ ਲੱਗੂਗੀ ਔਰ ਤੁਹਾਨੂੰ ਜਿਹੜਾ ਜ਼ਿੰਦਗੀ ਜੀਣ ਦਾ ਅਲੱਗ ਹੀ ਮਜ਼ਾ ਆਊਗਾ। ਜਦੋਂ ਤੁਸੀਂ ਇਸ ਗੱਲ ਪਾਸੇ ਤੁਰੋਗੇ ਕਿ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ, ਫਿਰ ਆਪਣੇ ਬੱਚਿਆਂ 'ਤੇ ਔਰ ਫਿਰ ਆਪਣੇ ਆਂਢ ਗੁਆਂਢ 'ਤੇ ਚਲੇ ਜਾਓ, ਫਿਰ ਕਮਿਊਨਿਟੀ 'ਤੇ ਚਲੇ ਜਾਓ, ਹੌਲੀ ਹੌਲੀ ਕਰਕੇ ਤੁਹਾਡਾ ਜਿਹੜਾ ਮਨ ਆ ਉਹ ਇਸ ਪਾਸੇ ਨੂੰ ਵੱਜੂਗਾ ਕਿ ਇੱਕ ਵਧੀਆ ਸੋਚ ਰੱਖਣ ਵਾਲੇ ਇਨਸਾਨ ਦੇ ਪਾਸੇ ਤੁਸੀਂ ਜਾਓਗੇ ਕਿ ਤੁਹਾਡੀ ਆਪਦੀ ਸੋਚ ਵਧੀਆ ਹੋ ਗਈ। ਤਾਂ ਕੋਸ਼ਿਸ਼ ਕਰੋ ਕਿ ਜਿਹੜੇ ਹੋਰ ਬੰਦੇ ਨੇ, ਕੋਈ ਜਿਹੜਾ ਨਹੀਂ ਵੀ ਜਿਹਦੇ ਨਾਲ ਤੁਸੀਂ ਬੋਲਚਾਲ ਹੈ, ਉਹਨੂੰ ਵੀ ਕਹੋ ਕੋਈ ਨਹੀਂ ਭਾਈ, ਗੁੱਸਾ ਗਿਲਾ ਕੋਈ ਨਹੀਂ, ਇਸ ਕੰਟਰੀ ਦੇ ਵਿੱਚ ਕੁਛ ਨਹੀਂ, ਕੁਛ ਵੀ ਨਹੀਂ ਰਹਿਣਾ, ਕੁਛ ਨਾ ਕੋਈ ਨਾਲ ਲੈ ਕੇ ਗਿਆ ਨਾ ਕਿਸੇ ਨੇ ਜਾਣਾ, ਜੋ ਤੁਸੀਂ ਬਣਾਇਆ ਜਾਂ ਜੋ ਖੱਟਿਆ ਕਮਾਇਆ ਉਹ ਇਸੇ ਧਰਤੀ 'ਤੇ ਰਹਿ ਜਾਣਾ। ਜਿਸ ਤਰ੍ਹਾਂ ਖਾਲੀ ਆਏ ਸੀ ਉਸ ਤਰ੍ਹਾਂ ਖਾਲੀ ਹੀ ਜਾਣਾ। ਹਾਂ, ਜੇ ਵਧੀਆ ਸੋਚ ਰੱਖੋਗੇ, ਤੁਹਾਡੇ ਵਿਚਾਰ ਵਧੀਆ ਸੀ, ਤੁਹਾਡੇ ਜਾਣ ਪਿੱਛੋਂ ਵੀ ਲੋਕ ਚੇਤੇ ਕਰਨਗੇ ਕਿ ਇਹ ਬੰਦਾ ਸੀ ਜਿਹੜਾ ਚਲੇ ਗਿਆ, ਚੰਗੀਆਂ ਯਾਦਾਂ ਜਾਂ ਚੰਗੀਆਂ ਗੱਲਾਂ ਛੱਡ ਕੇ ਗਿਆ। ਜਿਸ ਤਰ੍ਹਾਂ ਆਪਾਂ ਹਰ ਵੇਲੇ ਯਾਦ ਕਰਦੇ ਹਾਂ ਸਾਡੇ ਨਰਿੰਦਰ ਸਿੰਘ ਜੀ ਢੇਸੀ, ਜੋ ਦੁਨੀਆਂ 'ਤੇ ਨਹੀਂ ਰਹੇ, ਉਹਨਾਂ ਦੀ ਜਦੋਂ ਗੱਲ ਚੱਲਦੀ ਆ ਤਾਂ ਹਰ ਇੱਕ ਬੰਦਾ ਉਹਨਾਂ ਦੀ ਜੋ ਨੌਲੇਜ ਸੀ, ਜੋ ਉਹਨਾਂ ਦੇ ਵਿਚਾਰ ਸੀ ਜਾਂ ਜੋ ਉਹਨਾਂ ਦਾ ਜ਼ਿੰਦਗੀ ਜੀਣ ਦਾ ਤਰੀਕਾ ਸੀ, ਉਹ ਸਾਰੇ ਉਸ ਨੂੰ ਸਲਾਹੁੰਦੇ ਨੇ ਕਿ ਬਹੁਤ ਵਧੀਆ ਇਨਸਾਨ ਸੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਵੀ ਲੋਕ ਉਹਨਾਂ ਨਾਲ ਜੁੜੇ ਉਹਨਾਂ ਨੂੰ ਸਮਝਾਇਆ ਅਤੇ ਉਹਨਾਂ ਨੂੰ ਜੀਵਨ ਜੀਣ ਦਾ ਜਿਹੜਾ ਰਸਤਾ ਸੀ ਉਹ ਵਧੀਆ ਦਿਖਾਇਆ ਕਿ ਜਿਹੜਾ ਜੀਵਨ ਆ ਉਹਦੇ ਵਿੱਚ ਉਤਰਾਅ ਚੜ੍ਹਾਅ ਵੀ ਆਉਂਦੇ ਨੇ, ਲੇਕਿਨ ਗੁੱਸੇ ਨਾਲ ਕੋਈ ਫੈਸਲਾ ਨਹੀਂ ਲੈਣਾ, ਗੁੱਸੇ ਨਾਲ ਕੋਈ ਕੰਮ ਨਹੀਂ ਕਰਨਾ, ਔਰ ਗੁੱਸੇ ਵਿੱਚ ਆ ਕੇ
ਕਈ ਕੰਮ ਐਸੇ ਹੋ ਜਾਂਦੇ ਨੇ ਕਿ 1 ਸੈਕਿੰਡ ਦੀ ਗੱਲ ਹੁੰਦੀ ਹੈ ਤੇ ਉਹ ਗੁੱਸਾ ਜਿਹੜਾ ਸਾਨੂੰ ਮੀਲਾਂ ਦੂਰ ਕਰ ਦਿੰਦਾ ਉਸ ਬੰਦੇ ਤੋਂ ਵੀ, ਔਰ ਜੇ ਕਹੀਏ ਕਮਿਊਨਿਟੀ ਤੋਂ ਵੀ। ਹਰ ਇੱਕ ਗੁੱਸੇ ਦੇ ਨਾਲ ਲਏ ਹੋਏ ਫੈਸਲੇ ਬਹੁਤ ਭਾਰੀ ਪੈਂਦੇ ਨੇ, ਔਰ ਪਿਆਰ ਦੇ ਨਾਲ ਕੀਤੇ ਬੈਠ ਕੇ ਫੈਸਲੇ ਉਹ ਵਧੀਆ, ਹਮੇਸ਼ਾ ਹੀ ਵਧੀਆ ਨਿਕਲਦੇ ਨੇ ਕਿ ਬੈਠ ਕੇ ਜਿਹੜੀ ਗੱਲਬਾਤ ਕਰਕੇ ਹਰ ਇੱਕ ਚੀਜ਼ ਦਾ ਹੱਲ ਨਿਕਲਦਾ। ਮੈਂ ਇਸ ਗੱਲ 'ਤੇ ਪਰਸਨਲੀ ਬਹੁਤ ਬਿਲੀਵ ਕਰਦਾ ਕਿ ਜੇ ਤੁਸੀਂ ਕਿਸੇ ਨਾਲ ਬੈਠਦੇ ਹੋ ਜਾਂ ਕਿਸੇ ਐਕਸਪੀਰੀਅੰਸ ਵਾਲੇ ਬੰਦੇ ਨਾਲ ਗੱਲ ਕਰਦੇ ਹੋ, ਜਾਂ ਜ਼ਰੂਰੀ ਨਹੀਂ ਕਿ ਐਕਸਪੀਰੀਅੰਸ ਵੀ ਹੋਵੇ, ਬੰਦਾ ਗੱਲ ਕਰਦੇ ਛੋਟੇ ਤੋਂ ਛੋਟਾ ਨਿਆਣਾ ਵੀ ਕਈ ਗੱਲਾਂ 'ਚ ਤੁਹਾਡੀ ਹੈਲਪ ਕਰ ਜਾਂਦਾ ਕਿ ਆਹ ਗੱਲ ਇੱਦਾਂ ਹੋ ਜਾਣੀ ਚਾਹੀਦੀ ਹੈ ਜਾਂ ਆਹ ਗੱਲ ਨੂੰ ਇੱਦਾਂ ਕਰਕੇ ਦੇਖ ਲਓ। ਮੈਂ ਮੰਨਦਾ ਕਿ ਜਦੋਂ ਵੀ ਕੋਈ ਗੱਲ ਕਰੋ 1 ਜਾਂ 2 ਬੰਦਿਆਂ ਨਾਲ ਜਾਂ 3 ਬੰਦਿਆਂ ਨਾਲ ਤੁਸੀਂ ਜ਼ਰੂਰ ਸਲਾਹ ਕਰੋ। ਇੱਥੇ ਜਦੋਂ ਵੀ ਤੁਸੀਂ ਹਸਪਤਾਲ ਜਾਂਦੇ, ਜਿਹੜੇ ਡਾਕਟਰ ਵੀ ਉਹ ਇਕੱਲੇ ਫੈਸਲਾ ਨਹੀਂ ਲੈਂਦੇ, ਉਹ ਜ਼ਰੂਰ ਸੈਕਿੰਡ ਓਪੀਨੀਅਨ ਜਿਹਨੂੰ ਉਹ ਕਹਿੰਦੇ ਉਹ ਜ਼ਰੂਰ ਲੈਂਦੇ ਆ ਕਿ ਇਹ ਬੰਦੇ ਨੂੰ ਆਹ ਪ੍ਰੋਬਲਮ ਆ ਜਾਂ ਇਹਨੂੰ ਹਾਰਟ ਦੀ ਪ੍ਰੋਬਲਮ ਆ ਜਾਂ ਜਿਹੜੀ ਵੀ ਪ੍ਰੋਬਲਮ ਹੋਵੇ ਉਹ ਦੂਸਰੇ ਡਾਕਟਰ ਨਾਲ ਜ਼ਰੂਰ ਕੰਸਲਟ ਕਰਨਗੇ। ਕੋਈ ਵੀ ਵੱਡੀ ਸਰਜਰੀ ਕਰਨ ਤੋਂ ਪਹਿਲਾਂ ਜਾਂ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਉਹ ਜ਼ਰੂਰ ਸੈਕੰਡਰੀ ਓਪੀਨੀਅਨ ਲੈ ਕੇ ਫਿਰ ਹੀ ਉਹਨੂੰ ਇਲਜ਼ਾਮ ਦਿੰਦੇ ਨੇ, ਤਾਂ ਕਿ ਉਹਨਾਂ ਦਾ ਕੀਤਾ ਹੋਇਆ ਆਪਰੇਸ਼ਨ ਜਾਂ ਕਿਸੇ ਵੀ ਕਾਰਨ ਉਹ ਜਿਹੜੇ ਬੰਦੇ ਦੀ ਜਾਨ ਆ ਉਹ ਨਾ ਜਾਵੇ। ਉਹ ਬਹੁਤ ਕੌਂਸ਼ੀਅਸ ਹੁੰਦੇ ਨੇ, ਇਸੇ ਕਰਕੇ ਜ਼ਿੰਦਗੀ ਜਿਹੜੀ ਆ ਉਹ ਛੋਟੀ ਬੜੀ ਆ, ਅਤੇ ਜਦੋਂ ਟਾਈਮ ਲੰਘ ਗਿਆ ਫਿਰ ਉਸ ਤੋਂ ਬਾਅਦ ਤੁਹਾਡੀਆਂ ਗੱਲਾਂ ਹੀ ਇੱਥੇ ਰਹਿਣੀਆਂ ਨੇ, ਹੋਰ ਕੁਛ ਨਹੀਂ ਰਹਿਣਾ। ਜੋ ਸਾਡੀ ਧਨ ਦੌਲਤ ਜ਼ਮੀਨ ਜਾਇਦਾਦ ਉਹ ਸਾਰੀਆਂ ਚੀਜ਼ਾਂ ਇੱਥੇ ਹੀ ਰਹਿ ਜਾਣੀਆਂ ਨੇ, ਔਰ ਜੇ ਤੁਸੀਂ ਚੰਗੀ ਸੋਚ ਰੱਖੀ ਸੀ, ਚੰਗਾ ਵਿਚਾਰ ਰੱਖਿਆ ਸੀ, ਉਹ ਪ੍ਰਭਾਵ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ 'ਤੇ ਪਊਗਾ, ਤੁਹਾਡੇ ਬੱਚੇ ਇੱਕ ਦਿਨ ਜਾਂ ਕਮਿਊਨਿਟੀ ਦੇ ਜਿਹੜੇ ਮੈਂਬਰ ਨੇ ਜਾਂ ਜਿਨ੍ਹਾਂ ਨਾਲ ਤੁਸੀਂ ਵਿਚਰਦੇ ਹੋ ਉਹ ਤੁਹਾਡੀਆਂ ਚੰਗਿਆਈ ਦੀਆਂ ਗੱਲਾਂ ਜ਼ਰੂਰ ਕਰਨਗੇ ਕਿ ਇਹ ਇਨਸਾਨ ਨੇ ਆਹ ਜਿਹੜੇ ਸੀ ਚੰਗੇ ਕੰਮ ਕੀਤੇ, ਅਤੇ ਆਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਨਹੀਂ ਪਕੜ ਪਾਉਂਦੇ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਅਸੀਂ ਉਹ ਗੱਲਾਂ ਪਕੜਿਆ ਕਰੀਏ। ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੱਗਦੀ ਛੋਟੀ ਗੱਲ ਆ, ਲੇਕਿਨ ਉਹਨੂੰ ਵਿਚਾਰੋ ਤੋਂ ਬਹੁਤ ਬਹੁਤ ਵੱਡੀ ਬਣ ਜਾਂਦੀ ਆ। ਜੇ ਵੱਡੀ ਗੱਲ ਸੋਚੋਗੇ, ਵੱਡੀ ਵਿਚਾਰ ਵਧੀਆ ਰੱਖੋਗੇ ਤਾਂ ਗੱਲ ਵੀ ਵਧੀਆ ਹੋਊਗੀ ਔਰ ਵਿਚਾਰ ਵੀ ਵਧੀਆ ਹੋਊਗੀ। ਇਸੇ ਤਰ੍ਹਾਂ ਹੀ ਜਿਹੜਾ ਸਮਾਂ ਆ ਉਹ ਕਿਸੇ ਦੇ ਬਲਵਾਨ ਨਹੀਂ, ਸਮਾਂ ਦੇਖੋ ਗੱਲਾਂ ਦੇ ਵਿੱਚ ਪੈ ਕੇ ਜਿਹੜੀਆਂ ਉਹ ਗੱਲਾਂ ਮਨ ਤੋਂ ਨਿਕਲਦੀਆਂ ਨੇ ਤਾਂ ਇੰਨਾ ਰੁਝਾਨ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿ ਸਮਾਂ ਕਦੋਂ ਬੀਤ ਜਾਂਦਾ। ਗੱਲਾਂ ਕਰਦੇ ਕਰਦੇ ਜਿਹੜਾ ਟਾਈਮ ਸੀ ਉਹ ਜਲਦੀ ਹੋ ਜਾਂਦਾ, ਅਤੇ ਹੁਣ ਥੋੜ੍ਹਾ ਜਿਹਾ ਇੱਕ ਬ੍ਰੇਕ ਲਵਾਂਗੇ ਛੋਟੀ ਜਿਹੀ, ਉਸ ਤੋਂ ਬਾਅਦ ਆਪਾਂ ਕਮਿਊਨਿਟੀ ਦੀਆਂ ਕੁਛ ਗੱਲਾਂ ਕਰਾਂਗੇ, ਕਮਿਊਨਿਟੀ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਅਤੇ ਕੁਛ ਕਮਿਊਨਿਟੀ ਦੇ ਆਪਾਂ ਮੈਂਬਰ ਵੀ ਜੋੜਾਂਗੇ, ਅਤੇ ਆਓ ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ, ਅਤੇ ਆਪਾਂ ਉਸੇ ਗੱਲਬਾਤ ਕਰਾਂਗੇ ਇਸੇ ਇੰਡੀਅਨ ਐਪਸ ਕਮਿਊਨਿਟੀ ਦੀ ਕਿ ਜਿਹੜੇ ਪ੍ਰੋਗਰਾਮ ਇੱਥੇ ਕਈ ਉਲੀਕੇ ਜਾਂਦੇ ਨੇ ਕਮਿਊਨਿਟੀ ਬੇਸ 'ਤੇ, ਕਮਿਊਨਿਟੀ ਲੈਵਲ 'ਤੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿ ਆਪਣਾ ਬੜਾ ਵੱਡਾ ਜਿਹੜਾ ਸੀ ਹਾਦਸਾ ਵਰਤਿਆ ਉਸ 'ਤੇ ਤੋਂ ਮਨ ਬੜਾ ਦੁਖੀ ਸੀ, ਲੇਕਿਨ ਪਿਛਲੇ ਦਿਨੀ ਜਿਹੜਾ ਕਾਫੀ 2-3 ਗੁਰੂ ਘਰਾਂ ਨੇ ਉਸ ਤੋਂ ਸੋਗ ਤੋਂ ਉੱਪਰ ਉੱਠ ਕੇ ਗੁਰੂ ਘਰਾਂ ਦੇ ਵਿੱਚ ਫੰਕਸ਼ਨ ਰੱਖੇ, ਅਤੇ ਉਹਨਾਂ ਫੰਕਸ਼ਨਾਂ ਨੂੰ ਆਪਾਂ ਜਾ ਕੇ ਰੂਬਰੂ ਹੋਏ, ਜਾ ਕੇ ਆਪਾਂ ਵੀ ਗੁਰੂ ਘਰ ਮੱਥਾ ਟੇਕਿਆ ਔਰ ਪਰਮਾਤਮਾ ਤੋਂ ਇਹੀ ਅਰਦਾਸ ਕੀਤੀ ਕਿ ਜਿਹੜੇ ਜੀ ਸਾਡੇ ਤੋਂ ਵਿਛੜ ਗਏ ਨੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਚਰਨਾਂ ਵਿੱਚ ਜਗ੍ਹਾ ਦੇਣ, ਔਰ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ਣ। ਇਸੇ ਨਾਲ ਨਾਲ ਫਿਰ ਜੋ ਪ੍ਰੋਗਰਾਮ ਸੀ ਉੱਥੇ ਦੇ ਗੁਰੂ ਘਰਾਂ ਦੇ ਉਹਨਾਂ ਦੇ ਵਿੱਚ ਵੀ ਆਪਾਂ ਸ਼ਾਮਲ ਹੋਏ। ਜਿਹੜਾ ਪ੍ਰੋਗਰਾਮ ਵਿਸਾਖੀ ਦਾ ਜਿਹੜਾ ਹਰ ਸਾਲ ਮਨਾਇਆ ਜਾਂਦਾ, ਉਹਨਾਂ ਨੇ ਪਹਿਲਾਂ ਤਾਂ ਪੋਸਟਪੋਨ ਕੀਤਾ ਹੋਇਆ ਸੀ, ਲੇਕਿਨ ਫਿਰ ਕਹਿੰਦੇ ਕੋਈ ਨਹੀਂ ਇਹ ਕਮਿਊਨਿਟੀ ਦਾ ਕੰਮ ਹੈ, ਅਤੇ ਫਿਰ ਵੀ ਜੋ ਉਹਨਾਂ ਨੇ ਕੰਮ ਕੀਤਾ ਵਧੀਆ ਸੀ ਕਿ ਉਹਨਾਂ ਨੇ ਵਿਸਾਖੀ ਦਾ ਪ੍ਰੋਗਰਾਮ ਉਲੀਕਿਆ, ਔਰ ਵਿਸਾਖੀ ਦਾ ਪ੍ਰੋਗਰਾਮ ਉਹਨੇ ਬਹੁਤ ਵਧੀਆ ਕੀਤਾ। ਆਓ ਆਪਾਂ ਰੂਬਰੂ ਕਰਾਉਂਦੇ ਹਾਂ ਕੁਛ ਜਿਹੜੇ ਵਿਸਾਖੀ ਦੇ ਪ੍ਰੋਗਰਾਮ ਦੀਆਂ ਝਲਕੀਆਂ ਆਪਾਂ ਰਿਕਾਰਡ ਕੀਤੀਆਂ ਸੀ। ਜੀ ਇਹ ਸੀ ਗੁਰੂ ਘਰ ਦੀ ਸੰਗਤ ਵਿਖੇ ਉਹਨਾਂ ਨੇ ਵਿਸਾਖੀ ਦਾ। Please allow me to extend my condolences to all of you, especially to the families of those we lost this week. Amarjeet Kaur Johol ji, Jasvinder Kaur ji, Amarjeet Kaur Sekhon ji, and Jasvinder Singh ji. We also mourn the losses of Carly Smith, Samira Blackwell, Matthew Alexander, and John Weisert. ਇਹ ਜਿਹੜੇ ਸਮੇਂ 'ਚੋਂ ਆਪਾਂ ਬੀਤ ਰਹੇ ਹਾਂ, ਇਹ ਇਹਦੇ ਬਲ 'ਤੇ ਹੀ ਅਸੀਂ ਇਸ ਘਟਨਾ 'ਚੋਂ ਅੱਗੇ ਲੰਘ ਸਕਦੇ ਹਾਂ, ਇਸ ਹਾਦਸੇ 'ਚੋਂ ਅੱਗੇ ਲੰਘ ਸਕਦੇ ਹਾਂ। ਸਾਨੂੰ ਆਪਣੀ ਸੰਗਤ ਅਤੇ ਆਪਣੀ ਕਮਿਊਨਿਟੀ 'ਚੋਂ ਹੀ ਉਹ ਜਿਹੜਾ ਪ੍ਰੋਸੈਸ ਹੈਗਾ ਹੀਲਿੰਗ ਦਾ, ਫਿਜ਼ੀਕਲ, ਮੈਂਟਲ, ਇਮੋਸ਼ਨਲ, ਸਪਿਰਿਚੁਅਲ ਹੀਲਿੰਗ, ਉਹ ਅਸੀਂ ਇੱਥੇ ਹੀ ਸ਼ੁਰੂ ਕਰ ਸਕਦੇ ਹਾਂ। ਯੈਟ ਯੂ ਨੋ ਵੀ ਆਲਸੋ ਗੈਦਰ ਵੀ ਹਾਂਜੀ, ਇੱਥੇ 4 ਬੰਦੇ ਚੱਲ ਗਏ ਸਿੱਖਾਂ ਦੇ, ਅਤੇ ਇੱਕ ਉਹਨਾਂ ਦੀ ਪੇਨ ਸਮਝ
It's very easy to say that 4 lives have been lost in another mass shooting in US, but it is also important that you describe what happened and how it happened. Some of this stuff may not be in public domain. It is jo karna chahiye public na ho. Shooter ne aake FedEx the vich gaddi khadai. The shooter came and parked his car and picked up 2 rifles and he started shooting. 2 relatives, Amarjeet Kaur Sikhum, Jaswinder Kaur, ਇਕੱਠੀਆਂ ਹੋਈਆਂ ਹੋਈਆਂ ਸਨ. ਕੈਮਰੀ ਸੀ ਉਹਨਾਂ ਕੋਲ ਚਿੱਟੇ ਰੰਗ ਦੀ. ਦੇ ਹੈਡ ਅ ਵਾਈਟ ਕੈਮਰੀ. ਬੋਥ ਯੂਜ਼ ਟੂ ਕਮ ਟੁਗੈਦਰ. ਦੇ ਵਰ ਰਿਲੇਟਡ. ਹੀ ਵਾਸ ਟੂ ਓਪਨਿੰਗ ਦ ਡੋਰ ਵਾਈ ਹੀ ਸ਼ਾਟ ਦੈਮ. ਉਹਨਾਂ ਦੋਨਾਂ ਦੇ ਉੱਥੋਂ ਸ਼ਵ ਮਿਲੇ. ਕੋਈ ਵਾਲੇ ਉਹਨਾਂ ਦੇ ਬੱਚੇ ਨੇ. ਅਜੋ ਬੱਚਿਆਂ ਦੀ ਮੰਮੀ ਨਹੀਂ ਦੇ. ਉਹਨਾਂ ਦਾ ਵੀ ਉਨਾ ਹੀ ਦੁੱਖ ਹੈ ਜਿੰਨਾ ਸਾਨੂੰ ਆਪਣੇ ਲਈ ਗਿਆਨ ਦੁੱਖ ਹੈ. ਵੀ ਆਲਸੋ ਫੀਲ ਦ ਸੇਮ ਪੇਨ ਫਾਰ ਆਰ ਫੈਲੋ ਅਮਰੀਕਨਸ ਐਜ਼ ਵੀ ਡੂ ਫਾਰ ਆਰ ਸਿੱਖ ਫੈਲੋ ਮੈਂਬਰਸ. ਹੀ ਵਾਸ ਸ਼ਾਟ ਦੇਅਰ ਐਂਡ ਡੂ ਯੂ ਨੋ ਵਟ ਵਟ ਸ਼ੀ ਹੈਡ ਹਰ ਇਨ ਹਰ ਹੈਂਡ. ਉਹਦੇ ਹੱਥ 'ਚ ਕੀ ਸੀ? ਉਹਨਾਂ ਦਾ ਚੈੱਕ. ਸ਼ੀ ਹੈਡ ਹਰ ਪੇ ਲਾਸਟ ਪੇ ਚੈੱਕ ਇਨ ਹਰ ਹੈਂਡ. ਦ ਸ਼ੂਟਰ ਮੂਵਸ ਫੋਰਵਰਡ. ਦੇਰ ਇਜ਼ ਅ ਟਾਕ, ਦੇਰ ਇਜ਼ ਅ ਡਿਸਕਸ਼ਨ. ਸਿੱਖਸ ਆਲਵੇਸ are meant to say that universality, equality, justice for all, regardless. That message has been there, that message will be there. About the Sikh faith, couple of things might be worth repeating for our special guests. When we say Waheguru Ji Ka Khalsa, Waheguru Ji Ki Fateh, it simply means that the righteous people belong to God. And all victories are God's. Love. They love you. And I love you as fellow Americans. I value you. We can honor those we have lost, as we should. And we can honor their families by demonstrating the purity of our love and consistency of our love. Demonstrating it through our presence, yes, and our words, of course. And by our actions. And our commitment to confront our neighbors, as my good friend invited us to earlier, and ask them how we might help, how they're feeling, to get their perspectives, to get to know one another, to dig our wells. Dig our wells so that we can draw on those reservoirs during the worst of days. We can learn from one another. ਤਾਂ 74 ਦੇ ਨਾਲ ਨਾਲ ਜਾ ਜਾਂਦਾ ਜਿੱਥੇ ਉਹਨਾਂ ਨੇ ਵਿਸਾਖੀ ਦੇ ਨਾਲ ਨਾਲ ਉਹਨਾਂ ਮ੍ਰਿਤਕ ਸਿਰਾਂ ਨੂੰ ਜਾਂ ਜਿਹੜੇ ਦੁਖੀ ਹਿਰਦੇ ਪਰਿਵਾਰ ਜਿਹੜੇ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ. ਉਹ ਜਿਹੜੇ ਟਾਡ ਯੰਗ ਸਾਡੇ ਸੈਨੇਟਰ ਨੇ ਉਹ ਵੀ ਆਏ. ਉਹਨਾਂ ਨੇ ਵੀ ਆ ਕੇ ਇਹ ਗੱਲ ਕੀਤੀ ਕਿ ਜਿਹੜੇ ਸਾਡਾ ਆਲਾ ਦੁਆਲਾ ਜਾਂ ਨੇਬਰ ਹੈ ਉਹਨਾਂ ਨੇ ਵੀ ਆਪਣਾ ਦੁੱਖ ਪ੍ਰਗਟਾਇਆ. ਹਰ ਇੱਕ ਨੇ ਆਪਣਾ ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਹੈ ਉੱਥੇ ਦੁੱਖ ਵੀ ਪ੍ਰਗਟ ਕੀਤਾ. ਔਰ ਨਾਲ ਨਾਲ ਉੱਥੇ ਹੋਰ ਵੀ ਪ੍ਰੋਗਰਾਮ ਸਨ ਜਿਹੜੇ ਉਹ ਜ਼ਰੂਰ ਬੀਤੇ. ਔਰ ਜੋ ਸਾਡੇ ਕੋਲ ਫੁਟੇਜ ਸੀਗੀ ਉਹ ਆਪਾਂ ਇਸੇ ਲਈ ਤੁਹਾਨੂੰ ਦਿਖਾ ਰਹੇ ਕਿ ਜਿਹੜੇ ਪੰਜਾਬੀ ਨੇ ਉਹ ਜਦੋਂ ਦੁਖੀ ਵੀ ਹੁੰਦੇ ਨੇ ਤਾਂ ਵੀ ਉਹ ਜ਼ਰੂਰ ਓਟ ਆਸਰਾ ਲੈਂਦੇ ਨੇ ਗੁਰੂ ਘਰ ਤੋਂ. ਜਦੋਂ ਖੁਸ਼ੀ ਹੁੰਦੀ ਹੈ ਤਾਂ ਵੀ ਉਹ ਜਾ ਕੇ ਉੱਥੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਕਿ ਸ਼ੁਕਰ ਹੈ ਪਰਮਾਤਮਾ ਜਿਹੜੀ ਤੁਹਾਨੂੰ ਖੁਸ਼ੀ ਵਰਤੀ ਹੈ. ਇਹ ਹੈ ਸਾਡੇ ਇੱਕ ਪੰਜਾਬੀਆਂ ਦੀ ਖਾਸੀਅਤ ਕਿ ਅਸੀਂ ਜਦੋਂ ਵੀ ਕਦੀ ਵੀ ਦੁੱਖੇ ਹੋਈਏ ਤਾਂ ਵੀ ਉੱਥੇ ਜਾਂਦੇ ਹਾਂ, ਸੁੱਖ ਵੇਲੇ ਵੀ ਉੱਥੇ ਜਾਂਦੇ ਹਾਂ. ਇਸੇ ਕਰਕੇ ਇੱਕ ਪੰਜਾਬੀ ਜਿਹੜੇ ਆ ਉਹ ਜਾਣੇ ਜਾਂਦੇ ਨੇ ਕਿ ਗੁਰਦੁਆਰਿਆਂ ਦੇ ਨਾਲ ਨਾਲ ਜਾਂ ਜਿਸ ਤਰੀਕੇ ਨਾਲ ਵੀ ਅਸੀਂ ਖਾਸੀਅਤ ਇਹ ਆ ਕਿ ਅਸੀਂ ਦੁੱਖ ਔਰ ਸੁੱਖ ਇਕੱਠੇ ਹੀ ਮਨਾਉਂਦੇ ਹਾਂ. ਜਦੋਂ ਖੁਸ਼ੀ ਹੁੰਦੀ ਹੈ ਵੱਡੇ ਵੱਡੇ ਫੰਕਸ਼ਨ ਵੀ ਪੰਜਾਬੀਆਂ ਦੇ ਹੁੰਦੇ ਨੇ, ਜਦੋਂ ਕੋਈ ਇੱਦਾਂ ਦੀ ਘਟਨਾ ਘਟ ਜਾਂਦੀ ਉਦੋਂ ਵੀ ਇਹ ਵੱਡੇ ਵੱਡੇ ਫੰਕਸ਼ਨ ਕਰਦੇ ਨੇ. ਕਿਉਂਕਿ ਅਸੀਂ ਇਸ ਚੀਜ਼ ਨੂੰ ਜਦੋਂ ਆਪਾਂ ਪੂਰੇ ਇੰਡੀਆ ਦੀ ਗੱਲ ਕਰੀਏ, ਤੁਸੀਂ ਕੋਈ ਵੀ ਲੈ ਲਓ ਇੰਡੀਆ ਦਾ ਕੋਈ ਵੀ ਪਾਰਟ ਦੇਖ ਲਓ, ਉਹ ਜਿੰਨੇ ਇੰਡੀਅਨ ਲੋਕ ਨੇ ਉਹਨਾਂ ਦੀ ਇਹ ਖਾਸੀਅਤ ਆ ਕਿ ਉਹਨਾਂ ਨੇ ਕੋਈ ਵੀ ਕੰਮ ਆ ਉਹ ਇਕੱਠੇ ਹੋ ਕੇ ਹੀ ਕਰਨਾ, ਚਾਹੇ ਉਹ ਖੁਸ਼ੀ ਦਾ ਹੋਵੇ ਚਾਹੇ ਉਹ ਗਮੀ ਦਾ ਹੋਵੇ.
ਜਦੋਂ ਆਪਾਂ ਇੰਡੀਆ ਦੇ ਵਿੱਚ ਜਾਂਦੇ ਵੀ ਹਾਂ ਉੱਥੇ ਵੀ ਇਹ ਚੀਜ਼ਾਂ ਬਹੁਤ ਦੇਖਣ ਨੂੰ ਆਉਂਦੀਆਂ ਕਿ ਕਿੱਡੇ ਕਿੱਡੇ ਜਿਹੜੇ ਫੰਕਸ਼ਨ ਆ ਉਹ ਇੰਡੀਆ ਦੇ ਵਿੱਚ ਹੁੰਦੇ ਨੇ। ਜੇ ਆਪਾਂ ਪਾਪੂਲੇਸ਼ਨ ਵੀ ਲਾਈਏ ਇਸ ਵੇਲੇ ਨੰਬਰ 1 'ਤੇ ਇੰਡੀਆ ਦੀ ਪਾਪੂਲੇਸ਼ਨ, ਅਤੇ ਜੇ ਦੂਸਰੇ ਪਾਸੇ ਲਾਈਏ ਜਿਹੜਾ ਕਰੋਨਾ ਦੇ ਨੰਬਰ ਵੀ ਇਸ ਵੇਲੇ ਨੰਬਰ 1 'ਤੇ ਹੋ ਰਹੇ, ਹਰ ਇੱਕ ਪਾਸੇ ਨੂੰ ਅਸੀਂ ਇੰਡੀਅਨ ਲੋਕ ਨੰਬਰ 1 'ਤੇ ਹੀ ਹੋ ਰਹਿੰਦੇ ਹਾਂ, ਚਾਹੇ ਉਹ ਚੰਗਾ ਹੋਵੇ ਅਤੇ ਚਾਹੇ ਉਹ ਮਾੜਾ ਹੋਵੇ। ਅਤੇ ਜੇ ਹੁਣ ਇੱਥੇ ਕਹੀਏ, ਇੱਥੇ ਵੀ ਜਿਹੜੇ ਵੱਡੇ ਵੱਡੇ ਬਿਜ਼ਨਸ ਨੇ ਜਾਂ ਕਾਫੀ ਕਾਰੋਬਾਰ ਜੇ ਕਹਿ ਲਈਏ, ਉਹ ਇੰਡੀਅਨ ਲੋਕਾਂ ਦੇ ਕੋਲ ਨੇ। ਹੋਟਲ ਲੈ ਲਓ ਜਾਂ ਰੈਸਟੋਰੈਂਟ ਲਾ ਲਓ ਜਾਂ ਤੁਸੀਂ ਕੋਈ ਕੰਸਟਰਕਸ਼ਨ ਦਾ ਬਿਜ਼ਨਸ ਲਾ ਲਓ, ਜਿਹੜੇ ਜਿੰਨੇ ਵੀ ਨੇ ਉਹਦੇ ਹਰ ਉਹਦੇ ਵਿੱਚ ਸਾਡੇ ਇੰਡੀਅਨ ਲੋਕ ਹੈਗੇ ਨੇ। ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਲੈਣੀ ਹੋਵੇ ਜਾਂ ਜੋ ਮੈਂ ਕਹਿ ਰਿਹਾ ਮੈਨੂੰ ਮੈਂ ਗਲਤ ਕਹਿ ਰਿਹਾ ਹੋਵਾਂ, ਮੈਨੂੰ ਜ਼ਰੂਰ ਕਾਲ ਕਰਕੇ ਇਸ ਸ਼ੋਅ ਦਾ ਤੁਸੀਂ ਹਿੱਸਾ ਵੀ ਬਣ ਸਕਦੇ ਹੋ ਔਰ ਮੈਨੂੰ ਦੱਸ ਸਕਦੇ ਹੋ ਕਿ ਆਹ ਗਲਤ ਆ ਜਿਹੜੀ ਗੱਲ ਤੁਸੀਂ ਗਲਤ ਕਹਿ ਰਹੇ ਹਾਂ ਜੀ, ਤਾਂ ਕਿ ਜਿਹੜੀ ਇਨਫੋਰਮੇਸ਼ਨ ਆ ਸਾਡੇ ਜਸ ਟੀ ਵੀ ਦੀ ਕੋਸ਼ਿਸ਼ ਆ ਕਿ ਹਰ ਜਿਹੜੀ ਸੱਚੀ ਗੱਲ ਆ ਉਹ ਮੂਹਰੇ ਆਵੇ, ਔਰ ਜੋ ਜੇ ਕੋਈ ਬੰਦਾ ਗਲਤ ਕਹਿ ਰਿਹਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਟੱਚ ਦੇ ਵਿੱਚ ਹੈ ਕੋਈ ਬੰਦਾ ਜਿਹੜਾ ਗਲਤ ਅਫਵਾਹਾਂ ਫੈਲਾ ਰਿਹਾ ਧਰਮ ਕੋਈ ਵੀ ਹੋਵੇ ਉਹਦੇ ਬਾਰੇ ਜਾਂ ਕਮਿਊਨਿਟੀ ਬਾਰੇ, ਉਹ ਜ਼ਰੂਰ ਸਾਡੇ ਤੱਕ ਪਹੁੰਚਾਓ ਤਾਂ ਕਿ ਆਪਾਂ ਉਹਨੂੰ ਜ਼ਰੂਰ ਇੱਥੇ ਲਿਆ ਕੇ ਇਸ ਮੰਚ 'ਤੇ ਪੁੱਛ ਸਕੀਏ ਜਾਂ ਡਿਬੇਟ ਕਰ ਸਕੀਏ, ਕਿਉਂਕਿ ਜੇ ਵਿਚਾਰ ਆ ਤਾਂ ਉਹਦੇ ਵਿੱਚੋਂ ਕੁਛ ਨਿਕਲੂਗਾ। ਜਿਹੜਾ ਵਿਚਾਰ ਆ ਉਹ ਇੱਕ ਹਥਿਆਰ ਆ, ਵਿਚਾਰ ਨਹੀਂ ਕਰੋਗੇ ਤਾਂ ਉਹਦੇ ਵਿੱਚੋਂ ਕੁਛ ਨਹੀਂ ਨਿਕਲਣਾ। ਵਿਚਾਰ ਤੋਂ ਬਿਨਾਂ ਕੋਈ ਐਸੀ ਗੱਲ ਨਹੀਂ ਜਿਹੜੀ ਸੋਲਵ ਹੋ ਸਕੇ। ਹੁਣ ਵੀ ਜਿਹੜੀ ਆ ਕਿਸਾਨਾਂ ਦੇ ਮੋਰਚੇ ਦੀ ਵੀ ਲਾਈਏ, ਉਹ ਵਿਚਾਰ ਚੱਲ ਰਹੀ ਆ, ਉਹ ਜਿਹੜੇ ਮੰਤਰੀਆਂ ਦੇ ਵਿਚਾਲੇ ਜਾਂ ਕਿਸਾਨਾਂ ਦੇ ਵਿਚਾਲੇ, ਜੇ ਵਿਚਾਰ ਹੋਊਗੀ ਤਾਂ ਉਹਦਾ ਹੱਲ ਨਿਕਲੂਗਾ, ਨਹੀਂ ਵਿਚਾਰ ਹੋਣੀ ਤਾਂ ਉਹਦੇ ਵਿੱਚੋਂ ਕੁਛ ਨਹੀਂ ਨਿਕਲਣਾ। ਫਿਰ ਤੁਸੀਂ ਸਾਰੀ ਉਮਰ ਕੀ, ਜਦੋਂ ਤੱਕ ਤੁਹਾਡੇ ਸਾਹ ਚੱਲਦੇ ਨੇ ਬੈਠੇ ਰਹੋ ਤਾਂ ਵਿਚਾਰ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ। ਵਿਚਾਰ ਜਿਹੜੀ ਆ ਉਹ ਤੁਹਾਨੂੰ ਕਰਨੀ ਪੈਣੀ ਆ। ਇਸੇ ਤਰ੍ਹਾਂ ਕਿ ਹੁਣੇ ਆਪਾਂ ਦੱਸਿਆ ਕਿ 74 ਵਾਲਿਆਂ ਨੇ ਬਹੁਤ ਵਧੀਆ ਕੀਤਾ ਸੀ, ਗੁਰੂ ਘਰ 74 ਜਿਹੜਾ ਇੱਕ ਵਿਸਾਖੀ ਨੂੰ ਅਤੇ ਕੰਡੋਲਸ ਕੀਤੀ, ਸਾਰਾ ਕੁਛ ਇਕੱਠਾ ਕੀਤਾ, ਫਿਰ ਉੱਥੇ ਖੁਸ਼ੀ ਵੀ ਮਨਾਈ ਗਈ ਔਰ ਪਰਿਵਾਰਾਂ ਨੂੰ ਹੌਸਲਾ ਵੀ ਦਿੱਤਾ ਗਿਆ, ਇੱਕ ਹੌਸਲਾ ਵਧਾਈ ਕੀਤੀ ਗਈ ਪਰਿਵਾਰਾਂ ਨੂੰ ਵੀ ਦੂਜਿਆਂ ਨਾਲ ਮਿਲ ਕੇ। ਜਦੋਂ ਸਾਰੀ ਸੰਗਤ ਇਕੱਠੀ ਹੋਈ ਉੱਥੋਂ, ਹੋਰ ਵੀ ਜਿਹੜੇ ਇਦੋਂ ਵੀ ਦੁਖੀ ਪਰਿਵਾਰ ਜਿਨ੍ਹਾਂ ਨੂੰ ਅੱਜ ਦੁੱਖ ਹੋਇਆ, ਹਰ ਇੱਕ ਪਰਿਵਾਰ ਦਾ ਜਿਹੜਾ ਜੀ ਜਦੋਂ ਉਹ ਤੁਹਾਡੇ ਛੱਡ ਗਏ ਵਿਛੜ ਜਾਂਦਾ, ਬਹੁਤ ਦੁੱਖ ਹੁੰਦਾ। ਲੇਕਿਨ ਜਦੋਂ ਆਪਾਂ ਹੋਰ ਕਿਸੇ ਪਰਿਵਾਰ ਨੂੰ ਜਾਂ ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨਾਲ ਮਿਲਦੇ, ਉਹ ਤੁਹਾਨੂੰ ਦੱਸਦਾ ਕਿ ਤੁਹਾਡਾ ਤਾਂ ਜੀ ਇੱਕ ਗਿਆ, ਸਾਡੇ ਤਾਂ ਮੇਰੀ ਜ਼ਿੰਦਗੀ ਵਿੱਚ ਤਿੰਨ ਤਿੰਨ ਗਏ ਹੋਏ ਨੇ, ਫਿਰ ਉੱਥੋਂ ਬੰਦੇ ਨੂੰ ਤਰਾਸਾ ਆਉਂਦਾ ਕਿ ਮੇਰੇ ਇਕੱਲੇ ਨਾਲ ਨਹੀਂ ਹੋਈ। ਫਿਰ ਆਪਾਂ ਉੱਥੋਂ ਕਹਿਣਾ ਸ਼ੁਰੂ ਕਰਦੇ ਹਾਂ ਕਿ ਪਰਮਾਤਮਾ ਤੂੰ ਜੋ ਕਰਦਾ ਉਹ ਠੀਕ ਕਰਦਾ, ਪਰਮਾਤਮਾ ਕਦੀ ਗਲਤ ਨਹੀਂ ਕਰਦਾ, ਸਿਰਫ ਇੱਕ ਇਨਸਾਨ ਆ ਜਿਹੜਾ ਸਹੀ ਨਹੀਂ ਕਰਦਾ। ਇਨਸਾਨ ਆਪਣੇ ਅੰਦਰ ਦਾ ਜਿਹੜਾ ਜਾਨਵਰ ਆ ਉਹਨੂੰ ਜਗਾ ਕੇ ਉਹੀ ਹੀ ਮਾੜੇ ਕੰਮ ਕਰਦਾ। ਪਰਮਾਤਮਾ ਨੇ ਉਹਨੂੰ ਜਦੋਂ ਪੈਦਾ ਕੀਤਾ ਇੱਕ ਇਨਸਾਨ ਦੀ ਤਰ੍ਹਾਂ, ਸੱਚਾ ਕੋਰੇ ਕਾਗਜ਼ ਵਾਂਗੂ ਪਵਿੱਤਰ ਪੈਦਾ ਕੀਤਾ, ਲੇਕਿਨ ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਗਿਆ, ਕੋਈ ਇਨਸਾਨ ਚੰਗੇ ਪਾਸੇ ਲੱਗ ਗਿਆ ਲੇਕਿਨ ਕੋਈ ਮਾੜੇ ਪਾਸੇ ਲੱਗ ਗਿਆ। ਪਰਮਾਤਮਾ ਨੇ ਕੋਈ ਐਸੀ ਚਿੱਪ ਨਹੀਂ ਪਾਈ ਹੋਈ ਦਿਮਾਗ ਦੇ ਵਿੱਚ ਕਿ ਤੁਸੀਂ ਆਪ ਮਾੜੇ ਕੰਮ ਕਰੋ। ਇਹ ਜਿਸ ਤਰ੍ਹਾਂ ਦਾ ਤੁਹਾਡਾ ਆਲਾ ਦੁਆਲਾ ਹੈ ਜਾਂ ਤੁਹਾਡੀ ਪਾਲਣ ਪੋਸ਼ ਹੈ ਜਾਂ ਜਿੱਦਾਂ ਤੁਸੀਂ ਦੇਖਦੇ ਹੋ, ਉਹ ਹੌਲੀ ਹੌਲੀ ਤੁਹਾਡੇ ਦਿਮਾਗ 'ਚ ਆਉਂਦਾ, ਫਿਰ ਤੁਸੀਂ ਉਹੀ ਕੰਮ ਕਰਦੇ ਹੋ। ਔਰ ਕਈ ਉਹੀ ਇਨਸਾਨ ਉਹੀ ਹੁੰਦਾ, ਇੱਕ ਪਿੰਡ ਲਾ ਲਓ ਜਾਂ ਇੱਕ ਘਰ ਲਾ ਲਓ, ਇੱਕ ਘਰ ਦੇ ਵਿੱਚੋਂ ਦੋ ਬੱਚੇ ਪੈਦਾ ਹੋਣ ਅਤੇ ਉਹਨਾਂ ਦੇ ਵਿੱਚੋਂ ਦੋਨੇ ਡਾਕਟਰ ਨਹੀਂ ਬਣਦੇ ਜਾਂ ਦੋਨੇ ਇੰਜੀਨੀਅਰ ਨਹੀਂ ਬਣਦੇ, ਉਹਦੇ ਵਿੱਚੋਂ ਕੋਈ ਪੜ੍ਹ ਜਾਂਦਾ ਕੋਈ ਨਹੀਂ ਪੜ੍ਹਦਾ। ਇਹ ਇੱਕੋ ਹੀ ਮਾਂ ਹੁੰਦੀ ਆ, ਪੇ ਵੀ ਇੱਕੋ ਹੀ ਹੁੰਦਾ, ਲੇਕਿਨ ਉਹ ਸੇਮ ਜੇ ਚਾਰ ਬੱਚੇ ਚਾਰ ਦੇ ਚਾਰੇ ਅਲੱਗ ਅਲੱਗ ਦੀ ਸੋਚ ਹੋਊਗੀ। ਉਹ ਪਰਮਾਤਮਾ ਨੇ ਇਸ ਇੱਕ ਸ੍ਰਿਸ਼ਟੀ ਬਣਾਈ ਹੋਈ ਆ ਕਿ ਹਰ ਇੱਕ ਬੰਦੇ ਨੂੰ ਇਹ ਬਲ ਬਖਸ਼ਿਆ ਕਿ ਤੂੰ ਆਪਣੇ ਤਰੀਕੇ ਨਾਲ ਸੋਚ ਕੇ ਔਰ ਆਪਣੇ ਤਰੀਕੇ ਨਾਲ ਤੂੰ ਜ਼ਿੰਦਗੀ ਜੀ ਲੈ। ਕਈ ਬੰਦੇ, ਕਈ ਇਨਸਾਨ ਵਧੀਆ ਬਣ ਜਾਂਦੇ ਨੇ, ਕਈ ਉਹੀ ਇੱਕੋ ਘਰ ਦੇ ਵਿੱਚੋਂ ਨਿਕਲੇ ਹੋਏ ਇਨਸਾਨ ਜਿਹੜੇ ਆ ਉਹ ਗਲਤ ਪਾਸੇ ਚਲੇ ਜਾਂਦੇ ਨੇ। ਪਰ ਆਓ ਆਪਾਂ ਇਹ ਜ਼ਰੂਰ ਕਰਿਆ ਕਰੀਏ ਕਿ ਜੋ ਵੀ ਆਪਣੇ ਨਾਲ ਜੁੜੇ ਨੇ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਆਪਾਂ ਹਰ ਇੱਕ ਬੰਦੇ ਨੂੰ ਚੰਗੇ ਪਾਸੇ ਲਾ ਸਕੀਏ। ਇਸੇ ਤਰ੍ਹਾਂ ਹੀ ਜ਼ਰੂਰ ਜੁੜੇ ਰਹੋ ਜਸ ਟੀ ਵੀ ਦੇ ਨਾਲ। ਵਿਹੜਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਇਹੀ ਕਮਿਊਨਿਟੀ ਦੀਆਂ ਖੱਟੀਆਂ ਮਿੱਠੀਆਂ ਸੱਚੀਆਂ ਅਤੇ ਆਲੇ ਦੁਆਲੇ ਦੀਆਂ ਗੱਲਾਂ ਲੈ ਕੇ। ਆਪਾਂ ਗੱਲ ਕਰਦੇ ਪਏ ਕਮਿਊਨਿਟੀ ਦੀ, ਫਿਰ ਵਾਪਸ ਪੰਜਾਬੀ ਕਮਿਊਨਿਟੀ ਦੇ ਜਾਂਦੇ ਹਾਂ, ਜਿਹੜੇ ਇੰਡੀਅਨ ਐਪਕ ਦੀ ਖਾਸ ਕਮਿਊਨਿਟੀ, ਉਹਨਾਂ ਦੀ ਖਾਸ ਗੱਲ ਕਿ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ, ਜਿਹੜੀ ਦਸ ਨੂੰ ਕੱਲ੍ਹ ਹੀ ਇਹ ਖਬਰ ਮਿਲੀ ਹੈ ਕਿ ਇੱਕ ਬੜਾ ਵੱਡਾ ਪ੍ਰੋਗਰਾਮ ਲੀਕਿਆ ਗਿਆ ਇੰਡੀਆਨਾ ਦੇ ਵਿੱਚ, ਇੰਡੀਅਨ ਐਪਕ ਇੰਡੀਆਨਾ ਦੇ ਵਿੱਚ ਬੜਾ ਵੱਡਾ ਸਟੇਡੀਅਮ ਹੈ, ਲੂਕਸ ਓਇਲ ਜਿਹੜਾ ਸਾਡਾ ਫੁੱਟਬਾਲ ਸਟੇਡੀਅਮ ਹੈ ਉੱਥੇ ਵਿੱਚ ਬੜਾ ਵੱਡਾ ਪ੍ਰੋਗਰਾਮ ਕਰਾਉਣ ਜਾ ਰਹੇ ਨੇ ਪੰਜਾਬੀ, ਅਤੇ ਉਸੇ ਬੇਸ 'ਤੇ ਆਪਾਂ ਸਾਡੇ ਨਾਲ ਕਾਲਰ ਵੀ ਜੁੜੇ ਨੇ ਜਿਹੜੇ ਇਸ ਕੰਮ ਦੇ ਮੁੱਖ ਨੇ ਜਾਂ ਉਹ
ਸਾਰਾ ਕੁਝ ਕਾਫੀ ਦੇਖ ਰੇਖ ਕਰ ਰਹੇ ਨੇ ਆਪਾਂ ਆਓ ਉਹਨਾਂ ਨਾਲ ਜ਼ਰੂਰ ਰੂਬਰੂ ਕਰਾਵਾਂਗੇ ਗੱਲਬਾਤ ਕਰਾਵਾਂਗੇ ਕਿ ਉਹ ਜਿਹੜਾ ਪ੍ਰੋਗਰਾਮ ਹੈ ਉਹ ਕਦੋਂ ਤੇ ਕਿੱਥੇ ਕਰਾ ਰਹੇ ਨੇ ਤੇ ਲਓ ਜੀ ਆਪਾਂ ਕਾਲਰ ਨੂੰ ਜੋੜ ਦਿੰਦੇ ਹਾਂ ਜੀ ਬਲਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਜਸ ਟੀਵੀ ਤੇ ਜੀ ਠੀਕ ਹੈ ਜੀ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਹੈਗਾ ਜੀ ਆ ਉਹਦੇ ਬਾਰੇ ਥੋੜਾ ਚਾਨਣਾ ਪਾਓ ਕਿ ਉਹ ਆਪਾਂ ਕਿੱਥੇ ਤੇ ਪੂਰੀ ਡਿਟੇਲ ਦਿਓ ਥੋੜੀ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਵੱਲੋਂ ਜਸ ਟੀਵੀ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੂਸਰੀ ਬਰਾੜ ਸਾਹਿਬ ਗੱਲ ਇਸ ਤਰ੍ਹਾਂ ਕਿ ਪ੍ਰੋਗਰਾਮ 1 ਮਈ ਸ਼ਨਿਚਰਵਾਰ ਇੰਡੀਆਨਾ ਸਟੇਟ ਦੇ ਸਾਰੇ ਗੁਰਦੁਆਰੇ ਵੱਲੋਂ ਜਿੰਨੇ ਵੀ ਗੁਰਦੁਆਰੇ ਹੈਗੇ ਇੰਡੀਆਨਾ ਸਟੇਟ ਦੇ ਔਰ ਹੋਰ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਇੱਥੇ ਹੈਗੀਆਂ ਸਾਰਿਆਂ ਵੱਲੋਂ ਇੱਕ ਸਾਂਝੇ ਤੌਰ ਤੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਤੇ ਇਹ ਪ੍ਰੋਗਰਾਮ ਲਿਖਿਆ ਗਿਆ ਵੀ ਜਿੰਨੇ ਵੀ 15 ਨੂੰ ਜਿਹੜੀ ਗੋਲੀ ਨਾਲ ਸ਼ਹੀਦ ਹੋਏ ਆ ਜੋ ਵੀ ਵਿਕਟਿਮ ਹੈ ਜਾਂ ਜਿਹੜੇ ਜ਼ਖਮੀ ਹੋਏ ਆ ਸ਼ਹੀਦਾਂ ਨੂੰ ਇੱਥੇ ਇਹਨਾਂ ਬਾਰੇ ਸਾਰਿਆਂ ਬਾਰੇ ਸਾਂਝਾ ਪ੍ਰੋਗਰਾਮ ਰੱਖਿਆ ਗਿਆ ਕਿ ਇਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕਰੀਏ ਤੇ ਉਹ ਸਾਰੀ ਕਮੇਟੀ ਨੇ ਸਾਂਝਾ ਲਿਖਿਆ ਹੈ ਉਹ ਹੋ ਰਿਹਾ ਸਾਡਾ ਜੀ ਲੁਕਸ ਔਰ ਸਟੇਡੀਅਮ ਦੇ ਵਿੱਚ 1 ਵਜੇ ਤੋਂ ਲਾ ਕੇ ਤੇ 4 ਵਜੇ ਤੱਕ ਜਿਹਦੇ ਵਿੱਚ ਬਹੁਤ ਸਾਰੇ ਬੁਲਾਰੇ ਸਟੇਟ ਅਫੀਸ਼ਲ ਇਲੈਕਟਡ ਅਫੀਸ਼ਲ ਫੈਡਰਲ ਬੁਲਾਰੇ ਫੈਡਰਲ ਇਲੈਕਟਡ ਅਫੀਸ਼ਲ ਸਾਰੇ ਉਹਦੇ ਵਿੱਚ ਆ ਰਹੇ ਆ ਤੇ ਜੋ ਵੀ ਸ਼ਰਧਾ ਦੇ ਫੁੱਲ ਆ ਸਾਰਿਆਂ ਨੂੰ ਉਹਨੇ ਵਿਕਟਮਾਂ ਨੂੰ ਭੇਟ ਕਰਨਗੇ ਤੇ ਇਹ ਪ੍ਰੋਗਰਾਮ ਆ ਜੀ ਲਿਖਿਆ ਗਿਆ ਜੀ ਮੇਰਾ ਇਹਦੇ ਵਿੱਚ ਕੁਐਸਚਨ ਆਈ ਤੁਹਾਨੂੰ ਕਿ ਤੁਸੀਂ ਕਿਹਾ ਸਾਰੇ ਸਟੇਟ ਅਫੀਸ਼ਲ ਇਹਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਪ੍ਰਧਾਨ ਨੇ ਜਾਂ ਸੈਕਟਰੀ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊਗਾ ਬੋਲਣ ਦਾ ਜੀ ਨਹੀਂ ਜੀ ਇਹਦੇ ਵਿੱਚ ਇੱਕ ਬਿਲਕੁਲ ਸਾਡੀ ਇੱਕ ਪਾਲਿਸੀ ਬਣਾਈ ਗਈ ਆ ਸਾਰੇ ਗੁਰੂ ਘਰਾਂ ਵੱਲੋਂ ਹੋ ਕੇ ਕਿ ਜਿਹੜਾ ਇੰਡੀਆਨਾ ਦੇ ਲੋਕਲ ਬੁਲਾਰੇ ਹੈ ਨਾ ਉਹ ਕਿਉਂ ਆਮ ਬੋਲਦੇ ਰਹਿੰਦੇ ਜੋ ਵੀ ਉਹਨਾਂ ਦੇ ਸੁਣਦੇ ਰਹੀਦੇ ਸੰਡੇ ਵੀਕਐਂਡ ਤੇ ਗੁਰਦੁਆਰੇ ਸਾਹਿਬ 'ਚ ਉਹਨਾਂ ਨੂੰ ਮੌਕਾ ਨਹੀਂ ਮਿਲੇਗਾ ਇੱਥੇ ਸਿਰਫ ਤਕਰੀਬਨ ਜਿਹੜੇ ਸਾਡੇ ਇਲੈਕਟਡ ਅਫੀਸ਼ਲ ਹੈ ਉਹਨਾਂ ਨੂੰ ਦਿੱਤਾ ਜਾਏਗਾ ਜਾਂ ਜਿਹੜੇ ਬਾਹਰੋਂ ਸਾਡੇ ਸਿੱਖ ਪੰਥ ਨਾਲ ਹਮਦਰਦੀ ਰੱਖਣ ਵਾਲੇ ਬੁਲਾਰੇ ਹੈ ਜਿਹਨਾਂ ਦੀ ਕੋਈ ਸਿੱਖ ਪੰਥ ਦੇ ਵਿੱਚ ਦੇਣ ਹੈ ਤੇ ਜਾਂ ਇਸ ਟਾਈਮ ਕੋਈ ਉੱਚੇ ਅਹੁਦਿਆਂ ਤੇ ਹੈਗੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਉਹਨਾਂ ਨੂੰ ਇਨਵੀਟੇਸ਼ਨ ਭੇਜੀ ਜਾਏ ਬਾਕੀ ਲੋਕਲ ਬੁਲਾਰੇ ਤਕਰੀਬਨ ਅਸੀਂ ਸਾਰੇ ਇੱਥੋਂ ਬੰਦ ਕੀਤੇ ਹੈ ਜੀ ਲੋਕਲ ਬੁਲਾਰਾ ਕੋਈ ਵੀ ਨਹੀਂ ਸਾਡਾ ਇੱਥੇ ਦਾ ਬੋਲੇ ਹੋਇਆ ਇੱਥੇ ਤੱਕ ਵੀ ਸਟੇਜ ਸੈਕਟਰ ਵੀ ਸਾਡਾ ਬਾਹਰ ਦੀ ਸਟੇਟ ਤੋਂ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਕਿ ਉੱਚੇ ਪੱਧਰ ਤੇ ਉਹ ਆਪਾਂ ਜਿਹੜੇ ਪੰਥ ਦੇ ਬੁਲਾਰੇ ਨੇ ਜਾਂ ਤੁਸੀਂ ਥੋੜਾ ਜਿਹਾ ਕਲੀਅਰ ਕਰੋ ਕਿ ਉਹਦੇ ਵਿੱਚ ਦੇਖੋ ਜੀ ਇਨਵੀਟੇਸ਼ਨ ਭੇਜੀ ਗਈ ਆਪਣੇ ਗੁਰਵੀਰ ਗਲੇਵਾਲ ਜਿਹੜਾ ਆਪਣਾ ਅਟਾਰਨੀ ਜਨਰਲ ਨਿਊ ਜਰਸੀ ਦਾ ਭੱਲਾ ਸਾਹਿਬ ਆ ਜਰਸੀ ਸਿਟੀ ਦੇ ਮੇਅਰ ਹੈ ਜਾਂ ਹੋਰ ਵੀ ਬਹੁਤ ਸਾਰੇ ਸਿੱਖ ਹਸਤੀਆਂ ਹੈਗੀਆਂ ਜਿਹੜੇ ਤਾਂ ਕਿਤੇ ਇਲੈਕਟਡ ਅਫੀਸ਼ਲ ਆਲਰੇਡੀ ਹੈਗੇ ਜਿਹੜੇ ਸਰਵ ਕਰ ਰਹੇ ਆ ਉਹਨਾਂ ਨੂੰ ਤੇ ਹਾਂ ਕੋਈ ਜਿਹੜੇ ਪੰਥ ਦੇ ਦਰਦ ਰੱਖਣ ਵਾਲੇ ਆ ਕੋਈ ਬੁਲਾਰੇ ਉਹ ਵਿਚਾਰ ਕੀਤੀ ਜਾਏਗੀ ਉਹ ਸਾਰੀ ਕਮੇਟੀ ਦੇ ਵਿੱਚ ਵਿਚਾਰਿਆ ਜਾਏਗਾ ਉਹਨਾਂ ਦੇ ਵੀ ਕੁਛ ਨਾਮ ਦਿੱਤੇ ਜਾਣਗੇ ਜਿਹਨੂੰ ਕਮੇਟੀ ਸਾਰੀ ਅਪਰੂਵਲ ਦੇਵੇਗੀ ਤੇ ਉਹਨਾਂ ਬੁਲਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਉਹ ਸਾਡੀ ਮੀਟਿੰਗ ਵੀਰਵਾਰ ਨੂੰ ਹੋਏਗੀ ਵੀਰਵਾਰ ਤੱਕ ਸਾਡੇ ਤਕਰੀਬਨ ਸਾਰੇ ਬੁਲਾਰੇ ਲਾਈਨ ਤੇ ਲੱਗ ਜਾਣਗੇ ਉਹ ਫਿਰ ਕਮੇਟੀ ਨੂੰ ਸਾਰੀ ਨਾਲ ਬਹਿ ਕੇ ਜਿਹੜੀ ਕਮੇਟੀ 12 ਮੈਂਬਰਾਂ ਦੀ ਬਣਾਈ ਗਈ ਹੈ ਉਹਦੇ ਵਿੱਚ ਬਹਿ ਕੇ ਵਿਚਾਰਿਆ ਜਾਏਗਾ ਵੀ ਕਿਹੜੇ ਕਿਹੜੇ ਮੈਂਬਰਾਂ ਨੂੰ ਅਸੀਂ ਮੌਕਾ ਦੇਣਾ ਉਹ ਫਿਰ ਜੋ ਵੀ ਕਮੇਟੀ ਦੀ ਸਹਿਮਤੀ ਹੋਏਗੀ ਉਹਦੇ ਨਾਲ ਸਾਰੇ ਬੁਲਾਰੇ ਬੋਲਣਗੇ ਜੀ ਜੀ ਜਦੋਂ ਤੁਸੀਂ ਕਹਿੰਦੇ ਕਿ ਇਲੈਕਟਡ ਅਫੀਸ਼ੀਅਲ ਉਹ ਪੂਰੇ ਅਮਰੀਕਾ ਦੇ ਜਾਂ ਕੈਨੇਡਾ ਦੇ ਜੀ ਜਾਂ ਹੋਰ ਕਿਸੇ ਦੇ ਮੌਕੇ ਦੇ ਹਾਲ ਦੀ ਕਹਿੰਦੇ ਤਾਂ ਅਮਰੀਕਾ ਦੀ ਹੈ ਵੈਸੇ ਕੈਨੇਡਾ ਦੇ ਵਿੱਚ ਆ ਸਕਣ ਕੋਸ਼ਿਸ਼ ਕਰ ਰਹੇ ਕਿ ਜੇ ਕੈਨੇਡਾ ਵਾਲੇ ਕਿਉਂਕਿ ਕੈਨੇਡਾ ਤੋਂ ਇਸ ਟਾਈਮ ਆਉਣਾ ਬਹੁਤ ਮੁਸ਼ਕਿਲ ਹੈ ਜਾਂ ਜਿਹੜੇ ਇੱਧਰੋਂ ਆ ਜਾਂਦੇ ਉਹਨਾਂ ਨੂੰ ਵਾਪਸ ਜਾ ਕੇ ਉੱਥੇ ਕੁਆਰੰਟਾਈਨ ਕਰਨੀ ਪੈਂਦੀ ਹੈ ਕੋਵਿਡ-19 ਕਰਕੇ ਕਾਫੀ ਪ੍ਰੋਬਲਮ ਹੈਗੀ ਆ ਰਹੀ ਕੋਸ਼ਿਸ਼ ਇਹ ਸੀਗੀ ਵੀ ਕੈਨੇਡਾ ਦੇ ਬਾਅਦ ਉੱਤੇ ਪੌਦਿਆਂ ਦੇ ਜਿਹੜੇ ਹੈਗੇ ਉਹਨਾਂ ਨੂੰ ਇਨਵਾਈਟ ਕਰੀਏ ਤੇ ਉਹਨਾਂ ਨੂੰ ਬੁਲਾਈਏ ਪਰ ਉਹ ਗੱਲ ਕਿ ਕੈਨੇਡਾ ਦੀ ਥੋੜ੍ਹੀ ਆ ਪ੍ਰੋਬਲਮ ਆ ਰਹੀ ਹੈ ਵਿੱਚ ਤੇ ਹਾਲ ਦੀ ਘੜੀ ਤਾਂ ਅਮੈਰੀਕਾ ਦਾ ਹਾਂ ਜੇ ਕੋਈ ਆ ਸਕਦਾ ਹੋਵੇਗਾ ਕੈਨੇਡਾ ਚੋਂ ਜੇ ਕੋਈ ਸਾਨੂੰ ਹਾਂ ਹੋਈ ਕਿਸੇ ਪਾਸੇ ਹੋਵੇ ਕਨਫਰਮੇਸ਼ਨ ਨਹੀਂ ਕੋਈ ਵੀ ਹੈਗੀ ਬਿਲਕੁਲ ਚੰਗਾ ਇਫੈਕਟ ਪਏਗਾ ਕਿਉਂਕਿ
ਜੇ ਇੱਕ ਨੂੰ ਟਾਈਮ ਦੇਣੇ ਫਿਰ ਦੂਜਾ ਲੜੇਗਾ ਮੈਨੂੰ ਕਿਉਂ ਨਹੀਂ ਦਿੱਤਾ ਮੈਂ ਘੱਟ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਟੋਟਲੀ ਬੈਨ ਕੀਤਾ ਜੀ ਇੱਥੇ ਸਾਰਿਆਂ ਨੂੰ ਬੈਨ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਬੈਨ ਕੀਤਾ ਪਰ ਬੈਨ ਕਹਿਣ ਦਾ ਇਹ ਮਤਲਬ ਕਿ ਲੋਕਲ ਬੁਲਾਰਿਆਂ ਨੂੰ ਅਸੀਂ ਕਿਹਾ ਵੀ ਜੇ ਇੱਕ ਨੂੰ ਦੇਵਾਂਗੇ ਉਹ ਖਰਾਦ ਵਾਲੀ ਗੱਲ ਰਹਿਣੀ ਹੈ ਦੂਸਰੇ ਨੂੰ ਬੋਲਣਾ ਮੈਂ ਘੱਟ ਥੋੜਾ ਸੀ ਉਹਦੇ ਨਾਲ ਇਸ ਕਰਕੇ ਸਾਰਿਆਂ ਨੂੰ ਅਸੀਂ ਤਕਰੀਬਨ ਇੱਥੋਂ ਕਹਿੰਦੇ ਵੀ ਨਹੀਂ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਗੱਲ ਨੀ ਭਾਜੀ ਹੋਰ ਕੋਈ ਪ੍ਰੋਗਰਾਮ ਹੈਗਾ ਉੱਥੇ ਤੁਸੀਂ ਬੋਲ ਲਿਓ ਵੀ ਇੱਥੋਂ ਥੋੜੇ ਜਿਹੇ ਜਿਹੜੀ ਇਕੱਠ ਹੋਇਆ ਸਾਰੇ ਗੁਰਦੁਆਰੇ ਦਾ ਬੜੀ ਖੁਸ਼ੀ ਦੀ ਗੱਲ ਹੋਈ ਸਭ ਤੋਂ ਵੱਡੀ ਗੱਲ ਇਹ ਹੈ ਵਿਰਾਟ ਸਾਹਿਬ ਕਿ ਸਾਰੇ ਗੁਰਦੁਆਰੇ ਜਿੰਨੇ ਵੀ ਹੈਗੇ ਇੱਕ ਪਲੇਟਫਾਰਮ ਤੇ ਆ ਗਏ ਆ ਇਹ ਸਭ ਤੋਂ ਵੱਡੀ ਸਾਡੀ ਜਿੱਤ ਹੈ ਕਿ ਸਾਰੇ ਜਿੰਨੀਆਂ ਵੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਸੀ ਨਾ ਉਹ ਸਾਰੀ ਬੜੀ ਖੁਸ਼ੀ ਨਾਲ ਇੱਕ ਪਲੇਟਫਾਰਮ ਤੇ ਹੋ ਕੇ ਇਹ ਪ੍ਰੋਗਰਾਮ ਕਰ ਰਹੀਆਂ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੇ ਸਾਰੇ ਹਾਂਜੀ ਤੇ ਅਸੀਂ ਇਹੋ ਹੀ ਚਾਹੁੰਦੇ ਕਿ ਸਾਡਾ ਇਕੱਠ ਏਦਾਂ ਹੀ ਬਣਿਆ ਰਹੇ ਇਹਦੇ ਵਿੱਚ ਕੋਈ ਖਿਲਾਰਾ ਨਾ ਪਵੇ ਤੇ ਸਾਰਿਆਂ ਦੀ ਸਲਾਹ ਦੇ ਨਾਲ ਇਹ ਫੈਸਲਾ ਕੀਤਾ ਗਿਆ ਕੋਈ ਇੱਕ ਦਾ ਫੈਸਲਾ ਨਹੀਂ ਕਿ ਜਿਹੜੇ ਲੋਕਲ ਬੁਲਾਰੇ ਆ ਉਹਨਾਂ ਨੂੰ ਇੱਥੋਂ ਬੋਲਣ ਦਾ ਟਾਈਮ ਨਾ ਦਿੱਤਾ ਜਾਵੇ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੇ ਲੋਕਲ ਬੁਲਾਰੇ ਨੇ ਗੁਰੂ ਘਰਾਂ ਦੇ ਜਾਂ ਜਿਹੜੇ ਆਪਣੇ ਸੈਕਟਰੀ ਨੇ ਜਾਂ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਬੈਕ ਸੀਟ ਤੇ ਰੱਖਿਆ ਗਿਆ ਕਿ ਤੁਹਾਨੂੰ ਤੁਸੀਂ ਰੋਜ਼ ਬੋਲਦੇ ਹੋ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹਾਂਜੀ ਜੀ ਤੁਸੀਂ ਕਿਸੇ ਤਰ੍ਹਾਂ ਵੀ ਲਾ ਲਓ ਕਿ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਵਾ ਭਾਜੀ ਚਲੋ ਸਾਡੇ ਕੋਲ ਟਾਈਮ ਹੀ ਲਿਮਿਟਡ ਹੋਣਾ ਕਿਉਂਕਿ ਹੋਰ ਸਾਰੇ ਬਹੁਤ ਸਾਰੇ ਬੁਲਾਰੇ ਬਾਹਰੋਂ ਆਏ ਨੇ ਟਾਈਮ ਵੀ ਤੁਹਾਨੂੰ ਪਤਾ ਵੀ ਉਹਨਾਂ ਕੇ ਹੋਣਾ ਜੀ ਤੇ ਹਾਂਜੀ 3 ਘੰਟੇ ਦਾ ਪ੍ਰੋਗਰਾਮ ਬਣਦਾ ਜੀ ਇਹ ਹਾਂਜੀ 3 ਘੰਟੇ ਦਾ ਪ੍ਰੋਗਰਾਮ ਬਣਦਾ ਜਿਹੜੇ ਵਲੰਟੀਅਰ ਆ ਸਾਡੇ ਉਹ ਦੂਸਰੀ ਗੱਲ ਮੈਂ ਦੱਸਣੀ ਭੁੱਲ ਗਿਆ ਜੀ ਪਾਰਕਿੰਗ ਵੀ ਫ੍ਰੀ ਹੈ ਤੇ ਐਡਮਿਸ਼ਨ ਫੀਸ ਵੀ ਨਹੀਂ ਹੈਗੀ ਠੀਕ ਆ ਜੀ ਇਹਦੇ ਵਿੱਚ ਕੋਈ ਐਡਮਿਸ਼ਨ ਫੀਸ ਨਹੀਂ ਪਾਰਕਿੰਗ ਵੀ ਫ੍ਰੀ ਹੈ ਪਰ ਉਹਦੇ ਵਿੱਚ ਇਹ ਹੈ ਕਿ ਫੂਡ ਨਹੀਂ ਹੋਏਗਾ ਹਰ ਇੱਕ ਜਿਹੜੇ ਆਉਣ ਵਾਲੇ ਅਟੈਂਡੀ ਹੈਗੇ ਉਹਨਾਂ ਵਾਸਤੇ ਇੱਕੋ ਹੀ ਉਹਨਾਂ ਨੇ ਕੀਤਾ ਕਿ ਤੁਸੀਂ ਪਾਣੀ ਦੀ ਬੋਤਲ ਨਾਲ ਨਹੀਂ ਜਾ ਸਕਦੇ ਜੇ ਅੰਦਰੋਂ ਲੈਂਦੇ ਹਾਂ ਤਾਂ $4.5 ਦੀ ਬੋਤਲ ਦਿੰਦੇ ਆ ਜੇ ਅਸੀਂ ਕੋਈ ਇਹਦਾ ਪ੍ਰਬੰਧ ਕਰਨਾ ਚਾਹੁੰਦੇ ਸੀ ਤਾਂ ਉਹ ਵੀ ਸਾਨੂੰ ਉਹਦੀ $2,000 ਬੋਤਲ ਦਾ $9,000 ਦਾ ਬਿੱਲ ਦੱਸਿਆ ਸੀ ਤੇ ਇਸ ਕਰਕੇ ਥੋੜੀ ਇਹ ਕੀਤੀ ਗਈ ਕਿ ਪਾਰਕਿੰਗ ਲਾਟ ਦੇ ਵਿੱਚ ਸਾਡੇ 2 ਪਿਕਅਪ ਟਰੱਕ ਦੇ ਵਿੱਚ ਪਾਣੀ ਜਾਂ ਕੋਈ ਛੋਟਾ ਵਗੈਰਾ ਜੂਸ ਉਹ ਅਸੀਂ ਰੱਖਾਂਗੇ ਉੱਥੋਂ ਲੈ ਕੇ ਤਾਂ ਸਾਡੇ ਜਿੰਨੇ ਵੀ ਆਉਣ ਵਾਲੇ ਅੰਦਰ ਆਪਣੇ ਨਾਲ ਲਿਜਾ ਸਕਦੇ ਉਹਨੂੰ ਨਹੀਂ ਉਹ ਰੋਕਣਗੇ ਨਾਲ ਜਾ ਸਕਦੀ ਤੁਹਾਡੇ ਕੋਲ ਪਾਣੀ ਦੀ ਬੋਤਲ ਉਹ ਨਹੀਂ ਰੋਕਦੇ ਅੰਦਰੋਂ ਨਹੀਂ ਸਰਵ ਕਰ ਸਕਦੇ ਉਹਨਾਂ ਸਾਨੂੰ ਇਸ ਚੀਜ਼ ਤੋਂ ਮਨਾਹੀ ਕੀਤੀ ਹੈ ਕਿ ਤੁਸੀਂ ਅੰਦਰੋਂ ਸਰਵ ਨਹੀਂ ਕਰ ਸਕਦੇ ਉਹ ਤੁਹਾਨੂੰ ਮੁੱਲ ਲੈਣੀ ਪਏਗੀ ਜਾਂ ਵੈਂਡਿੰਗ ਮਸ਼ੀਨਾਂ ਹੋਣਗੀਆਂ ਉੱਥੇ ਜੇਕਰ ਤੁਸੀਂ ਅੰਦਰੋਂ ਲੈਣੀ ਹੋ ਤਾਂ ਪੈਸੇ ਪਾ ਕੇ ਉਹ ਕਰ ਸਕਦੇ ਆਪਣੀ ਜੀ ਦੂਜਾ ਤੁਹਾਡਾ ਕੁਐਸਚਨ ਇਹ ਆ ਜੀ ਇੱਥੇ ਮੈਨੂੰ ਲੱਗਦਾ ਖਰਚਾ ਵੀ ਕਾਫੀ ਆਊਗਾ ਖਰਚਾ ਤਾਂ ਬਹੁਤ ਜ਼ਿਆਦਾ ਸੀ ਭਾਜੀ ਜੇ ਲਾਈਏ ਪਰ ਉਹਦੇ ਵਿੱਚ ਗਵਰਨਰ ਆਫ ਤੋਂ ਕਾਫੀ ਸਾਨੂੰ ਹੈਲਪ ਮਿਲੀ ਉਹਨਾਂ ਨੇ ਸਾਡਾ ਜਿਸ ਤਰ੍ਹਾਂ ਵੀ ਕੋਆਪਰੇਟ ਕੀਤਾ ਨਾਲ ਲੁਕਸਾਲ ਸਟੇਡੀਅਮ ਨੇ ਕੋਆਪਰੇਟ ਕੀਤਾ ਉਹਨਾਂ ਨੇ ਸਾਡਾ ਰੈਂਟ ਮਾਫ਼ ਕੀਤਾ ਹੈ ਜਿਹਦੇ ਵਿੱਚ $25,000 ਰੈਂਟ ਸੀ ਉਹਨਾਂ ਨੇ ਵੇਵਡ ਕੀਤਾ ਪਾਰਕਿੰਗ ਫੀਸ ਐਨ ਪਾਰਕਿੰਗ ਜਿਹੜੀ ਉਹ ਫ੍ਰੀ ਕੀਤੀ ਬਾਕੀ ਜਿਹੜੀ ਉਹਨਾਂ ਦੀ ਲੇਬਰ ਸਿਕਿਉਰਿਟੀ ਵਗੈਰਾ ਦੀ ਜਾਂ ਹੋਰ ਸਾਊਂਡ ਸਿਸਟਮ ਏਦਾਂ ਦੇ ਬਹੁਤ ਸਾਰੇ ਹੋਰ ਏਦਾਂ ਦੇ ਖਰਚੇ ਆ ਉਹ ਸਾਨੂੰ ਦੇਣੇ ਪੈਣਗੇ ਕਿਉਂਕਿ ਉਹ ਉਹਨਾਂ ਦਾ ਫਾਰਮਲੀ ਕੰਪਨੀ ਨਾਲ ਕੰਟਰੈਕਟ ਹੈ ਉਹ ਵੀ ਕੰਟਰੈਕਟਰ ਦਾ ਕੰਮ ਕਰਦੇ ਉਹਨਾਂ ਨੂੰ ਦੇਣੇ ਪੈਣੇ ਇਸ ਕਰਕੇ ਉਹ ਦੇਣੇ ਪੈਣਗੇ ਪਰ ਖਰਚਾ ਫਿਰ ਵੀ ਸਾਡਾ ਅਸੀਂ 40,000 ਦੇ ਲਗਭਗ ਅਨੁਮਾਨ ਲਾ ਰਹੇ ਹਾਂ 40 to 45,000 ਦੇ ਲਗਭਗ ਸਾਡਾ ਖਰਚਾ ਆਏਗਾ ਹਾਂਜੀ ਮੇਰਾ ਕੁਐਸਚਨ ਦੂਜਾ ਇਹ ਹੈ ਜੀ $40,000 ਖਰਚ ਕੇ ਗੈਦਰਿੰਗ ਕਰਕੇ ਇਹਦਾ ਮੈਸੇਜ ਕੀ ਜਾਊਗਾ ਕਮਿਊਨਿਟੀ ਨੂੰ ਜੀ ਦੇਖੋ ਜੀ ਮੈਸੇਜ ਦੀ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹਦੇ ਕੋਲ ਬਿਲਕੁਲ ਕੋਈ ਬਿਜ਼ਨਸ ਨਹੀਂ ਅਸੀਂ ਬੈਨੀਫਿਟ ਹੀ ਨਹੀਂ ਦੇ ਸਕਦੇ ਬੈਨੀਫਿਟ ਇਹਦੇ ਵਿੱਚ ਇਹ ਹੈ ਕਿ ਸਾਡੀ ਕੌਮ ਦਾ ਇਸ ਟਾਈਮ ਇੱਕ ਕਿਸੇ ਦਾ ਬਹੁਤ ਵੱਡਾ ਧੱਕਾ ਹੈ ਧੱਕਾ ਸਮਝ ਲਓ ਜਾਂ ਨੁਕਸਾਨ ਹੋਇਆ ਸਾਡੀ ਕਮਿਊਨਿਟੀ ਦਾ ਅਸੀਂ ਉਹ ਜਿਹੜੇ ਅਫੀਸ਼ਲ ਆਏ ਗਏ ਆਉਣਗੇ ਉਹਨਾਂ ਵਾਸਤੇ ਇਸ ਨੂੰ ਤਕਰੀਬਨ ਪ੍ਰੂਵ ਕਰਾਂਗੇ ਤੁਸੀਂ ਇਹੋ ਜਿਹੀ ਘਟਨਾ ਨਾ ਹੋਣ ਦਿਓ ਇਹ ਤਾਂ ਕੋਈ ਲਾ ਇੱਦਾਂ ਦੇ ਬਣਾਏ ਜਾਣ ਜਿਵੇਂ ਗਨ ਕੰਟਰੋਲ ਵਾਸਤੇ ਆ ਜਾਂ ਕੋਈ ਇੱਦਾਂ ਦੇ ਮੈਂਟਲ ਹੈਲਥ ਵਾਲੇ ਆ ਉਹਨਾਂ ਕੋਲ ਗਨ ਨਾ ਰੱਖ ਸਕਣ ਇਹ ਬੇਨਤੀਆਂ ਕੀਤੀਆਂ ਜਾਣਗੀਆਂ ਬਾਕੀ ਆਪਣੇ ਲੋਕਲ ਗੁਰਦੁਆਰੇ ਹੈਗੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਐਕਸਟਰਾ ਸਿਕਿਉਰਿਟੀ ਮੰਗੀ ਜਾਏਗੀ ਤੇ ਬਾਕੀ ਹੁਣ ਵਿਸਕਾਂਸਨ ਘਟਨਾ ਹੋਈ ਸੀ ਉਹਦੇ ਵਿੱਚ ਬਹੁਤ ਸਾਰਾ ਚਲੋ ਹੋਣੀ ਨਹੀਂ ਚਾਹੀਦੀ ਇਹ ਨੁਕਸਾਨ ਹੈ ਪਰ ਉਹਦੇ ਵਿੱਚ ਬਹੁਤ ਸਾਰਾ ਸਾਡੀ ਕੌਮ ਨੇ ਐਸੇ ਲਾਭ ਬਣਵਾਏ ਆ ਫੈਡਰਲ ਕੋਲੋਂ ਵੀ ਤੇ ਬਹੁਤ ਸਾਰੇ ਕੁਛ ਕੱਢਿਆ ਪਰ ਇਹ ਘਟਨਾ ਬਹੁਤ ਮਨਭਾਤਿਕ ਘਟਨਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਠੀਕ ਹੈ ਪਰ ਇਹਦੇ ਵਿੱਚੋਂ ਜੇ ਕੋਈ ਸਾਡੀ ਕੌਮ ਦਾ ਕਮਿਊਨਿਟੀ ਦਾ ਕੋਈ ਸਾਡਾ ਫਾਇਦਾ ਹੁੰਦਾ ਆ ਤੇ ਉਹ ਕੱਢਣਾ ਚਾਹੀਦਾ ਦੂਸਰੀ ਗੱਲ ਐਜੂਕੇਸ਼ਨ ਹੈ ਨਾ ਲੋਕਾਂ ਨੂੰ ਐਜੂਕੇਟ ਕੀਤਾ ਜਾਏਗਾ ਅਸੀਂ ਕੌਣ ਹੈ ਬੇਨਤੀ ਤਾਂ ਕਈ ਵਾਰੀ ਸਾਨੂੰ ਇੱਥੇ ਮੁਸਲਮਾਨ ਹੀ ਸਮਝਿਆ ਜਾਂਦਾ ਹੁਣ ਜਿੰਨਾ ਇੱਥੇ ਨੈਸ਼ਨਲ ਮੀਡੀਆ ਆਏਗਾ ਸਾਰਾ ਇੱਕ ਸਿੱਖ ਕਈਆਂ ਨੂੰ ਤਾਂ ਇੰਨਾ ਨਹੀਂ ਪਤਾ ਸਿੱਖ ਹੈ ਕੌਣ ਇਹਦੇ ਵਿੱਚ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਵਾਸਤੇ ਐਜੂਕੇਟ ਕੀਤਾ ਜਾਏਗਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਵੱਖਰੀ ਕਮਿਊਨਿਟੀ ਹੈ ਇਹਨਾਂ ਨੂੰ ਕਿਸੇ ਦੇ ਨਾਲ ਹੋਰ ਮਜ਼ਹਬ ਦੇ ਨਾਲ ਜਾਂ ਹੋਰ ਕਿਸੇ ਲੋਕਾਂ ਦੇ ਨਾਲ ਮਿਕਸ ਕਰਕੇ ਦੇਖਿਆ ਨਾ ਜਾਵੇ
ਤੇ ਬਾਕੀ ਸਿੱਖਾਂ ਦੀ ਦੇਸ਼ ਭਗਤੀ ਬਾਰੇ ਵੀ ਪਤਾ ਚੱਲੇਗਾ ਵੀ ਸਾਡੀਆਂ ਜਿਹੜੇ ਮੰਨ ਲਓ ਹੁਣ ਸ੍ਰੀ ਗੁਰਵੀਰ ਆ ਜਾਂਦੇ ਆ ਗਰੇਵਾਲ ਇੱਧਰ ਤੇ ਹੋਰ ਆ ਜਾਂਦੇ ਜਿਹੜੇ ਸਿੱਖ ਇਲੈਕਟਰ ਹੈ ਸਾਡੇ ਸਿੱਖ ਬੜੇ ਬੜੇ ਉੱਚੇ ਅਹੁਦਿਆਂ ਤੇ ਆ ਬਾਕੀ ਦੇਸ਼ ਦੀ ਸੇਵਾ ਕਰ ਰਹੇ ਆ ਹਰ ਥਾਂ ਤੇ ਤੇ ਬਾਕੀ ਬਿਜ਼ਨਸਮੈਨ ਦੇ ਤੌਰ ਤੇ ਵੀ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਕੌਮ ਚ ਬਹੁਤ ਹਿੱਸਾ ਪਾ ਰਹੀ ਇੱਥੇ ਦੇ ਟੈਕਸ ਜੋ ਟੈਕਸ ਪੇ ਕਰਦੀ ਹੈ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਸਾਡੀ ਸਿੱਖ ਕੌਮ ਨੂੰ ਘਾਟਾ ਪਿਆ ਜੇ ਦੇਖਿਆ ਜਾਵੇ ਤਾਂ ਗੋਰਿਆਂ ਨੂੰ ਵੀ ਉਹਨਾਂ ਦੀਆਂ ਤਿੰਨ ਤਾਂ ਯੰਗਸਟਰ ਸੀ ਹਾਲੇ ਦੋ 18-19 ਸਾਲ ਦੀਆਂ ਕੁੜੀਆਂ ਇੱਕ ਕੋਈ 25 ਸਾਲ ਦਾ ਮੁੰਡਾ ਸੀ ਤੇ ਉਹ ਤਾਂ ਜ਼ਿਆਦਾ ਘਾਟਾ ਉਹਨਾਂ ਨੂੰ ਮੈਨੂੰ ਲੱਗਦਾ ਪਿਆ ਅਸੀਂ ਮੰਨਦੇ ਸਾਡੀ ਉਹਨਾਂ ਨੂੰ ਵੀ ਹਾਂਜੀ ਬਰਾੜ ਸਾਹਿਬ ਗੱਲ ਕਰਾਂ ਉਹਨਾਂ ਨੂੰ ਵੀ ਘਾਟਾ ਸੀ ਇਹ ਨਹੀਂ ਕਹਿੰਦੇ ਉਹਨਾਂ ਨੂੰ ਨਹੀਂ ਘਾਟਾ ਪਿਆ ਇਹ ਤੇ ਅਸੀਂ ਕਹਿੰਦੇ ਪਰ ਸਾਡੀ ਇੱਥੇ ਮੈਜੋਰਟੀ ਸਾਡੀ ਬਿਲਕੁਲ ਪਾਪੂਲੇਸ਼ਨ ਘੱਟ ਹੈ ਤੇ ਚਾਰ ਜਿਹਦੇ ਵਿੱਚ ਸਾਡੀਆਂ ਸਾਡੀ ਕਮਿਊਨਿਟੀ ਦੀਆਂ ਜਾਨਾਂ ਜਾਂਦੀਆਂ ਜਾਨਾਂ ਤਾਂ ਸਾਰੀਆਂ ਚਲੋ ਅਸੀਂ ਕਹਿੰਦੇ ਮਾੜੀ ਗੱਲ ਹੋਈ ਆ 8 ਜਾਨਾਂ ਗਈਆਂ ਬਹੁਤ ਨੁਕਸਾਨ ਹੈ ਪਰ ਫਿਰ ਵੀ ਇਹਦੇ ਵਿੱਚ ਚਾਰ ਜਾਨਾਂ ਤਾਂ ਸਾਡੀ ਕਮਿਊਨਿਟੀ ਚ ਜਾ ਰਹੀਆਂ ਤੇ ਉਹਦੇ ਨਾਲ ਇਹ ਕਹਿ ਰਹੇ ਹਾਂ ਸਾਡਾ ਬਹੁਤ ਜ਼ਿਆਦਾ ਹਰਟ ਸਾਡੀ ਕਮਿਊਨਿਟੀ ਨੂੰ ਵੀ ਹੋਇਆ ਜਿਹਦੇ ਵਿੱਚ 50% ਲਾ ਲਓ ਚਾਰ ਜਿਹੜੀਆਂ ਮੌਤਾਂ ਉਹ ਸਾਡੀ ਕਮਿਊਨਿਟੀ ਨਾਲ ਸੰਬੰਧ ਰੱਖਦੀਆਂ ਸੀ ਤੇ ਇਹਦੇ ਵਿੱਚ ਇਹ ਵੀ ਬਹੁਤ ਸਾਰੇ ਲੋਕਾਂ ਦੀ ਇਹ ਵੀ ਸੋਚ ਹੈ ਕਿ ਇੱਕ ਟਾਰਗੇਟ ਸੀਗਾ ਵੀ ਜਿਹੜਾ ਵੀ ਅਟੈਕ ਹੋਇਆ ਇਹ ਟਾਰਗੇਟ ਕਰਕੇ ਕੀਤਾ ਗਿਆ ਜਾਂ ਦੂਸਰਿਆਂ ਨੂੰ ਅਚਾਨਕ ਗੋਲੀ ਚੱਲੀ ਅਸੀਂ ਅਜੇ ਤੱਕ ਮੰਨਦੇ ਨਹੀਂ ਇਸ ਗੱਲ ਨੂੰ ਪਰ ਚਲੋ ਜੋ ਡਾਕਟਰ ਏਜੰਸੀਆਂ ਦੀ ਸਾਰੀ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਆਉਂਦੀ ਬਹੁਤ ਲੋਕ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਇਹ ਸਾਡੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਭਾਈ ਏਦਾਂ ਦੀ ਵੀ ਇਹ ਚੀਜ਼ ਇਹ ਕਿਉਂਕਿ ਜੇ ਅਸੀਂ ਏਦਾਂ ਦੇ ਇਕੱਠ ਕਰਦੇ ਹਾਂ ਤੇ ਇਹ ਜਿਹੜੀ ਅਥਾਰਟੀ ਹੈ ਇੱਥੇ ਦੀ ਇਹ ਹੋਰ ਡੀਪਲੀ ਇਹਨਾਂ ਚੀਜ਼ਾਂ ਨੂੰ ਇਨਵੈਸਟੀਗੇਟ ਕਰੇਗੀ ਉਹਨਾਂ ਤੇ ਪ੍ਰੈਸ਼ਰ ਵੀ ਪਾ ਰਹੀਆਂ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਆਪਣੇ ਯੂਨਾਈਟਡ ਸਿੱਖ ਹੈ ਸਿੱਖ ਲੋਇਜ਼ ਨਾਲ ਆ ਸੈਲਫ ਡੈਫ ਹੈ ਇਹ ਸਾਰੀਆਂ ਇਸ ਚੀਜ਼ ਨੂੰ ਪੂਰਾ ਫੋਰਸਫੁਲੀ ਲੈ ਰਹੀਆਂ ਕਿ ਕੋਈ ਟਾਰਗੇਟ ਘਟਨਾ ਨਾ ਹੋਵੇ ਜਿਹੜਾ ਕਿ ਕਮਿਊਨਿਟੀ ਟਾਰਗੇਟ ਕਰਕੇ ਕੀਤਾ ਗਿਆ ਉਹਨਾਂ ਦੀ ਬਹੁਤ ਇਹਦੇ ਵਿੱਚ ਐਫਰਟ ਹੈਗੀ ਹੈ ਜਿਹੜੀਆਂ ਕਰ ਰਹੀਆਂ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਟਾਈਮ ਕੱਢਿਆ ਜਿਹੜਾ ਸਮਾਂ ਆ ਉਹ ਬਹੁਤ ਜਲਦੀ ਜਾਂਦਾ ਵਿਹੜਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ ਠੀਕ ਹੈ ਧੰਨਵਾਦ ਤੁਹਾਡਾ ਥੈਂਕ ਯੂ ਜੀ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦਿਓ ਇੱਕ ਛੋਟੀ ਜਿਹੀ ਬ੍ਰੇਕ ਜੀ ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਨਿੱਘਾ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੇ ਆਪਾਂ ਉਹੀ ਕਮਿਊਨਿਟੀ ਦੀ ਗੱਲਬਾਤ ਕਰ ਰਹੇ ਹਾਂ ਜਿਹੜਾ ਬੜਾ ਵੱਡਾ ਪ੍ਰੋਗਰਾਮ ਜਿਹਦੇ ਬਾਰੇ ਹੁਣ ਦੱਸ ਰਿਹਾ ਸੀ ਲਿਖਿਆ ਜਾ ਰਿਹਾ ਇੰਡੀਅਨ ਐਪਸ ਵਿੱਚ ਜਿਹੜਾ ਮਈ 1 ਸੈਟਰਡੇ ਨੂੰ ਹੋ ਰਿਹਾ ਲੂਕਸ ਓਇਲ ਸਟੇਡੀਅਮ ਦੇ ਵਿੱਚ ਉਸੇ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਆਪਾਂ ਕੁਛ ਗੱਲਾਂ ਜਿਹੜੀਆਂ ਰਹਿ ਗਈਆਂ ਆਪਣੇ ਨਾਲ ਬੜੇ ਹੀ ਪੁਰਾਣੇ ਇਸ ਸ਼ਹਿਰ ਦੇ ਬੜੇ ਪੁਰਾਣੇ ਬਿਜ਼ਨਸਮੈਨ ਨੇ ਜੱਸੀ ਲਾਲੀ ਜੀ ਜਿਹੜੇ ਸਾਡੇ ਨਾਲ ਜੁੜਨਗੇ ਤੇ ਉਹਨਾਂ ਤੋਂ ਆਪਾਂ ਜ਼ਰੂਰ 2-4 ਕੁਐਸਚਨ ਹੋਰ ਪੁੱਛਾਂਗੇ ਤਾਂ ਕਿ ਜੋ ਮੰਨਦੇ ਬੋਲਗਲੇ ਉਹ ਕਲੀਅਰ ਹੋ ਜਾਣ ਕਿ ਸਾਡੀ ਕੌਮ ਜਾਂ ਪੰਜਾਬੀ ਕਿੱਧਰ ਨੂੰ ਜਾ ਰਹੇ ਨੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਸਾਨੂੰ ਸੇਧ ਸਾਨੂੰ ਕੀ ਕਰਨਾ ਚਾਹੀਦਾ ਤੇ ਉਹ ਰੂਬਰੂ ਕਰਾਉਂਦੇ ਹਾਂ ਜੀ ਜਸਵੀਰ ਸਿੰਘ ਜੀ ਤੁਹਾਡਾ ਨਿੱਘਾ ਸਵਾਗਤ ਹੈ ਜਸਟੀ ਵੀ ਤੇ ਜੀ ਹਾਂਜੀ ਜਿਵੇਂ ਬਰਾੜ ਸਾਹਿਬ ਪੰਜਾਬੀ ਦੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ 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 ਸ਼ਾਇਦ ਤੁਸੀਂ ਸ਼ੋਅ ਦੇਖਦੇ ਹੋ ਜ਼ਰੂਰ ਸੁਣਿਆ ਹੋਊਗਾ ਆਪਣੇ ਨਾਲ ਬਲਵਿੰਦਰ ਸਿੰਘ ਜੀ ਖੱਖ ਜੁੜੇ ਹੋਏ ਸੀ ਜਿਨ੍ਹਾਂ ਤੋਂ ਆਪਾਂ ਜਿਹੜਾ ਹੋਣ ਜਾ ਰਿਹਾ ਜੇ ਤੁਸੀਂ ਵੀ ਮੈਨੂੰ ਪਤਾ ਲੱਗਿਆ ਉਹਨਾਂ ਦੇ ਮੈਂਬਰ ਹੋ ਕਿਉਂਕਿ ਤੁਸੀਂ ਇਸ ਸ਼ਹਿਰ ਦੇ ਬੜੇ ਪੁਰਾਣੇ ਬਿਜ਼ਨਸਮੈਨ ਹੋ ਪਹਿਲੀਆਂ ਦੇ ਵਿੱਚ ਜਦੋਂ ਬਹੁਤ ਪਬਲਿਕ ਘੱਟ ਸੀ ਇੱਥੇ ਤੁਸੀਂ ਉਦੋਂ ਆਏ ਸੀ ਇੱਕ ਤਾਂ ਦੋ ਕੁਐਸਚਨ ਨੇ ਮੇਰੇ ਜੀ ਮੇਰੇ ਜਿਹੜੇ ਮਨ ਦੇ ਵਿੱਚ ਫਸੇ ਹੋਏ ਨੇ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ 40,000 ਦੇ ਲਾਗੇ ਖਰਚਾ ਹੋਊਗਾ ਇੰਨਾ ਖਰਚਾ ਕਰਕੇ ਆਪਣਾ ਕਮਿਊਨਿਟੀ ਨੂੰ ਕੀ ਮੈਸੇਜ ਆਊਗਾ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂਜੀ ਆਪਣਾ ਵੈਸੇ ਮਕਸਦ ਤੇ ਬਰਾੜ ਸਾਹਿਬ ਹੈਗਾ ਕਿ ਇੱਕ ਤੇ 40,000 ਖਰਚਾ ਕਰਕੇ ਮੇਰੇ ਖਿਆਲ ਜਿਹੜੇ ਸਾਰੇ ਆਪਣੇ ਇੰਡੀਅਨਐਪਲਿਸ ਜਾਂ ਇੰਡੀਆਨਾ ਦੇ ਇੰਡੀਅਨਐਪਲਿਸ ਦੇ ਕਰ ਲਓ 7 ਸੰਸਥਾਵਾਂ ਇੱਕ ਪਲੇਟਫਾਰਮ ਤੇ ਆਈਆਂ ਇੱਕ ਤੇ ਚਲੋ ਇਹ ਆਪਾਂ ਨੂੰ ਬੈਨੀਫਿਟ ਇਹਦਾ ਹੋਇਆ ਹਨਾ ਪਰ ਖਰਚਾ ਵੀ ਹੈਗਾ ਖਰਚੇ ਤੇ ਆਪਾਂ ਇਹ ਜ਼ਰੂਰ ਹੈਗਾ ਕਿ ਆਪਾਂ ਜਿਹੜੀਆਂ 8 ਜਾਨਾਂ ਆਪਣੀ ਕਮਿਊਨਿਟੀ ਦੀਆਂ 8 ਜਾਨਾਂ ਗਈਆਂ ਉਹਨਾਂ ਦੀ ਆਪਾਂ ਉਹਨਾਂ ਨੂੰ ਇਹ ਕਮਿਊਨਿਟੀ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਸੀ ਕਿ ਸਾਨੂੰ ਬਹੁਤ ਬਹੁਤ ਅਫਸੋਸ ਹੈ ਇਸ ਗੱਲ ਦਾ ਤੇ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਕਮਿਊਨਿਟੀ ਵਿੱਚ ਹੁੰਦਾ ਸਾਡੇ 4 ਸਿੱਖ ਪਰਿਵਾਰ ਵੀ ਸੀਗੇ 4 ਦੂਸਰੇ ਪਰਿਵਾਰ ਵੀ ਸੀ ਆਪਣੇ ਹਾਂਜੀ ਆਪਾਂ ਨੂੰ ਵੈਸੇ ਖਰਚਿਆ ਤੇ ਚਲੋ ਹੁਣ ਜੋ ਆਪਾਂ ਸਟੈਪ ਚੁੱਕਿਆ ਇਹ ਇਕੱਠੇ ਹੋ ਕੇ ਉਹਦੇ
ਖਰਚਾ ਤੇ ਹੋਣਾ ਹੀ ਆ ਹਨਾ, ਉਹ ਤੇ ਹੁਣ ਆਪਾਂ ਨੂੰ ਕਰਨਾ ਹੀ ਪੈਣਾ। ਚਲੋ ਮੈਸੇਜ ਮੈਂ ਇਹ ਚਾਹੁੰਦਾ ਕਿ ਇਹ ਦਈਏ ਕਿ ਆਪਾਂ ਸਾਰੀ ਕਮਿਊਨਿਟੀ ਵਿੱਚ ਹੀ ਜੋ ਗੋਰੇ ਪਰਿਵਾਰ ਵੀ ਆਪਾਂ ਜਿਹਨਾਂ ਨੇ ਜਾਨਾਂ ਆਪਣੀਆਂ ਗਵਾਈਆਂ ਤੇ ਉਹਨਾਂ ਨੂੰ ਆਪਾਂ ਇਹ ਸ਼ੋਅ ਕਰੀਏ ਕਿ ਅਸੀਂ ਪੜ੍ਹਨ ਬਹੁਤ ਅਫਸੋਸ ਇਸ ਗੱਲ ਦਾ ਤੇ ਕਮਿਊਨਿਟੀ ਅਸੀਂ ਇਕੱਠੀ ਹਾਂ ਸਾਰੀ ਤੇ ਅਸੀਂ ਮਿਲ ਕੇ ਉਹਨਾਂ ਦੀ ਮੈਮਰੀ ਵਿੱਚ ਉਹਨਾਂ ਦੇ ਆਪਾਂ ਚਲੋ ਇਹ ਆਪਾਂ ਜੋ ਵੀ ਕਰ ਰਹੇ ਹਾਂ ਮਨਾਈਏ ਉਹਨਾਂ ਦਾ ਯਾਦਾਂ ਉਹਨਾਂ ਦੀਆਂ ਤੇ ਉਹਨਾਂ ਨੂੰ ਆਪਾਂ ਸਿਟੀ ਨੂੰ ਆਪਣੇ ਸਟੇਟ ਨੂੰ ਕੰਟਰੀ ਸਾਰੀ ਨੂੰ ਆਪਾਂ ਚਲੋ ਇਹ ਮੈਸੇਜ ਇਹ ਦਈਏ ਕਿ ਅਸੀਂ ਇਕੱਠੇ ਹਾਂ ਅਸੀਂ ਬਹੁਤ ਸੌਰੀ ਫੀਲ ਕਰਦੇ ਹਾਂ ਇਸ ਗੱਲ ਬਾਰੇ। ਦੂਜਾ ਉਹਨਾਂ ਨੇ ਗੱਲ ਕੀਤੀ ਜਿਹੜਾ ਕੁਐਸਚਨ ਮੈਂ ਉਹਨਾਂ ਤੋਂ ਵੀ ਪੁੱਛਣਾ ਸੀ ਲੇਕਿਨ ਫਿਰ ਕਿਤੇ ਪੁੱਛੂ ਥੋੜ੍ਹੇ ਜ਼ਰੂਰ ਪੁੱਛਦਾ ਕਿ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਹਾਂ ਜਾਂ ਪੰਜਾਬੀ ਹਾਂ ਜਾਂ ਇੰਡੀਅਨ ਹਾਂ। ਮੇਰੇ ਇੱਕ ਇਸ ਰਿਲੇਟਡ ਕੁਐਸਚਨ ਹੈ ਕਿ ਸਪਟੈਂਬਰ 11 ਤੋਂ 9/11 ਤੋਂ ਹੁਣ ਤੱਕ ਕੀ ਅਸੀਂ ਦੱਸ ਨਹੀਂ ਸਕੇ ਲੋਕਾਂ ਨੂੰ ਜਾਂ ਕਿੱਥੇ ਖਰਾਬੀ ਆ ਕਿ ਜਿਹੜਾ ਆਪਾਂ ਜੇ ਮੇਰੀ ਸੋਚ ਇਹ ਆ ਕਿ $40,000 ਆਪਾਂ ਉਹਨਾਂ ਫੈਮਲੀਆਂ ਨੂੰ ਘੱਟੋ ਘੱਟ $5,000-5,000 ਦੇ ਸਕਦੇ ਸੀ ਜਿਹਨਾਂ ਨੂੰ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਸ਼ਾਇਦ ਹੈਲਪ ਵੀ ਹੋ ਜਾਂਦੀ। ਆਪਾਂ ਕਿੱਥੇ ਕਮੀ ਆ ਜਾਂ ਕਿੱਥੋਂ ਪਿੱਛੇ ਹਟ ਗਏ ਆਪਾਂ ਕਿ ਕੀ ਕਮੀ ਰਹਿ ਗਈ ਆਪਾਂ ਦੱਸ ਨਹੀਂ ਸਕੇ ਜਾਂ ਇਸ ਗੱਲ ਬਾਰੇ ਥੋੜ੍ਹਾ ਚਾਨਣਾ ਪਾਓ। ਹਾਂਜੀ ਇਹ ਆਪਾਂ ਵੈਸੇ ਜਿਹੜਾ ਆਪਾਂ ਕੰਕਲੂਡ ਇਹ ਤਾਂ ਨਾ ਇਸ ਜਿਹੜਾ ਇਹ ਕਾਂਡ ਹੋਇਆ ਇਹ ਤੋਂ ਇਹ ਨਹੀਂ ਕਿ ਆਪਾਂ ਕੰਕਲੂਡ ਕਰ ਸਕਦੇ ਕਿ ਇਹ ਹੇਟ ਕ੍ਰਾਈਮ ਸੀ ਜਾਂ ਨਾ ਆਪਾਂ ਨੂੰ ਮੈਸੇਜ। ਵੈਸੇ ਮੈਸੇਜ ਤਾਂ ਜੇ ਆਪਾਂ ਦੇਖੀਏ ਤਾਂ ਮੈਂ ਸਾਡੇ ਸਰਦਾਰ ਕੇ ਪੀ ਸਿੰਘ ਜੀ ਨੇ ਕਾਫੀ ਸਾਲਾਂ ਤੋਂ ਸਾਨੂੰ ਨਾਲ ਆਪਣੇ ਤੋੜ ਕੇ ਨਾ ਕਾਫੀ ਐਜੂਕੇਟ ਕਰਨ ਲਈ ਕਾਫੀ ਜ਼ੋਰ ਲਗਾ ਰਹੇ ਸੀ ਕਾਫੀ ਤੇ ਆਪਣੇ ਜਿੰਥਕ ਤੱਕ ਮੇਰੀ ਸੋਚ ਆ ਆਪਾਂ ਗੁਰੂ ਘਰਾਂ ਵਿੱਚ ਹੀ ਜ਼ਿਆਦਾ ਜ਼ੋਰ ਲਾਈਦਾ ਕਿ ਅਸੀਂ ਕੌਣ ਆ ਤੇ ਅਸੀਂ ਦੱਸਦੇ ਹਾਂ ਕਿ ਗੋਰਿਆਂ ਨੂੰ ਦੱਸੀਏ ਜਾਂ ਅਸੀਂ ਦੇਖਿਆ ਨਾ ਤੇ ਪਰ ਜਿਹੜੇ ਪ੍ਰੋਪਰ ਮੇਰਾ ਖਿਆਲ ਰਸਤੇ ਹੈਗੇ ਆ ਜਾਣ ਦੇ ਕਿਉਂ ਮੈਂ ਤੇ ਕਾਫੀ ਮਨਿੰਦਰ ਸਿੰਘ ਜੀ ਵੀ ਆ ਹੋਰ ਆਪਣੇ ਕੁਛ ਕਾਫੀ ਹੈਗੇ ਨਾ ਉਹਨਾਂ ਇਨਵੋਲਵ ਹੋਏ ਆ ਜਿਹੜੇ ਚਰਚਾਂ ਵਿੱਚ ਜਦੋਂ ਵੀ ਕੋਈ ਆਪਣੇ ਫੰਕਸ਼ਨ ਹੁੰਦੇ ਜਦੋਂ ਸਾਰੇ ਧਰਮਾਂ ਦੇ ਇਕੱਠੇ ਹੁੰਦੇ ਲੋਕ ਉੱਥੇ ਆਪਣੇ ਉੱਥੇ ਨਾ ਬਹੁਤ ਲੋਕ ਘੱਟ ਪਹੁੰਚਦੇ ਆਪਣੇ ਪਤਾ ਨਹੀਂ ਗੁਰੂ ਘਰਾਂ ਵਿੱਚ ਹੀ ਮੇਰੇ ਖਿਆਲ ਨਾਲ ਤੇ ਉੱਥੇ ਜ਼ਿਆਦਾ ਜ਼ੋਰ ਲੱਗਦਾ ਕਿ ਪਾਪਾਂ ਨੂੰ ਵੈਸੇ ਪਹੁੰਚਣਾ ਚਾਹੀਦਾ ਜਿੱਥੇ ਵੀ ਕੋਈ ਜ਼ਿਆਦਾ ਵੱਖਰੇ ਵੱਖਰੇ ਧਰਮਾਂ ਦੇ ਇਕੱਠ ਹੁੰਦੇ ਆ ਜਾਂ ਆਪਾਂ ਇੱਕ ਲੈ ਲਓ ਅੱਗੇ ਇੱਕ ਵਾਕ ਕਰਦੇ ਹੁੰਦੇ ਸੀ ਆਪਾਂ ਡਾਊਨ ਟਾਊਨ ਵਿੱਚ ਕਾਫੀ ਸਾਲ ਤੇ ਉੱਥੇ ਵੱਧ ਤੋਂ ਵੱਧ ਜ਼ੋਰ ਬੜਾ ਲਾਉਣਾ ਤੇ ਆਪਣੇ ਪ੍ਰਤੇਕ ਪਰਿਵਾਰ ਕੋਈ ਮੇਰੇ ਖਿਆਲ 100 ਤੋਂ ਵੱਧ ਨਹੀਂ ਕਦੇ ਵੀ ਹੋਇਆ ਸੀ ਨਾ ਉਹ ਮੇਰੇ ਖਿਆਲ ਤੇ ਲੋਕਾਂ ਨੂੰ ਐਜੂਕੇਟ ਕਰਨਾ ਤੇ ਹੋਰ ਰਸਤੇ ਬਹੁਤ ਹੈਗੇ ਆ। ਹੁਣ ਅਸੀਂ ਏਅਰਪੋਰਟ ਤੇ ਕਾਫੀ ਮੁਲਤਾਨ ਹੋ ਗਿਆ ਕਿ 5-6 ਬੰਦੇ ਜਾ ਕੇ ਪੂਰਾ ਹਫਤਾ ਭਰ TSA ਵਾਲਿਆਂ ਨੂੰ ਵੀ ਦੱਸਿਆ ਕਿ ਸਿੱਖ ਦੀ ਪੱਗ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਇਸਲਾਮਿਕ ਪੱਗ ਕੀ ਹੁੰਦੀ ਆ, ਸਿੱਖ ਦੀ ਪੱਗ ਨੂੰ ਤੁਸੀਂ ਕਿੱਦਾਂ ਸਰਚ ਕਰਨਾ ਹਨਾ, ਉਹ ਇਸ ਤਰ੍ਹਾਂ ਦੇ ਸਾਰੇ ਆਪਾਂ ਉਧਰ ਘੱਟ ਜ਼ੋਰ ਆ ਜਾਣੇ। ਮੈਂ ਕਹਿਣਾ ਇਹੀ ਮਤਲਬ ਲੱਗਿਆ ਕਿ ਆਪਾਂ ਗੁਰੂ ਘਰਾਂ ਵਿੱਚ ਜ਼ਿਆਦਾ ਰੌਲਾ ਪਾਉਂਦੇ ਹਾਂ ਜੀ। ਜੀ ਜਸਵੀਰ ਜੀ ਇੱਕ ਸੈਕਿੰਡ ਹੋਲਡ ਰੱਖਿਓ ਜੀ, ਮੈਨੂੰ ਲੱਗਦਾ ਇਸ ਬਾਰੇ ਨਾਲ ਕਾਲਰ ਜੁੜੇ ਨੇ ਜਿਹੜੇ ਤੁਹਾਡੇ ਤੋਂ ਕੁਐਸਚਨ ਪੁੱਛਣਾ ਚਾਹੁੰਦੇ ਨੇ ਜੀ। ਠੀਕ ਜੀ, ਮੈਨੂੰ ਲੱਗਦਾ ਜੀ ਕਾਲ ਕੱਟ ਗਈ, ਫਿਰ ਵਾਪਸ ਕਾਲ ਕਰਨ ਦਾ ਜ਼ਰੂਰ ਬਣਾਵਾਂਗੇ। ਅੱਛਾ ਜੀ, ਇੱਕ ਮੇਰਾ ਕੁਐਸਚਨ ਸੀ, ਇਹ ਤੁਹਾਨੂੰ ਪਰਸਨਲ ਕੁਐਸਚਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਪੈਦਲ ਤੁਰ ਕੇ ਇੰਨੀ ਦੁਨੀਆਂ ਨੂੰ ਜਾਗਰੂਕ ਕਰ ਦਿੱਤਾ। ਹੁਣ ਸਾਡੇ ਕੋਲ ਸਾਰਾ ਕੁਛ ਹੈ, ਮੀਡੀਆ ਹੈ, ਫੋਨ ਹੈ, ਹੈਲੀਕਾਪਟਰ ਨੇ, ਐਰੋਪਲੇਨ ਨੇ, ਕਿਹੜੀ ਕਮੀ ਆ ਕਿ ਜਿਹੜੇ ਅਸੀਂ ਹਾਲੇ ਇੱਥੇ ਤੱਕ ਹੀ ਨਹੀਂ ਪਹੁੰਚੇ ਕਿ ਅਸੀਂ ਜਾਗਰੂਕ ਹੀ ਨਹੀਂ ਕਰ ਸਕੇ ਲੋਕਾਂ ਨੂੰ? ਹਾਂਜੀ, ਬਸ ਇਹ ਆਪਣਾ ਇੱਕ ਤਾਂ ਨਾ ਜੀ ਇੱਕ ਆਪਣੇ ਲੋਕਾਂ ਨੂੰ ਕਰਨ ਵਿੱਚ ਥੋੜਾ ਜਿਹਾ ਕਾਫੀ ਕੁਛ ਮੁਸ਼ਕਲ ਆਉਂਦੀ ਹੈ ਕਿ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋਈਏ, ਜਿਸ ਤਰ੍ਹਾਂ ਹੁਣ ਆਪਾਂ ਲੱਗਦਾ ਕਿ ਆਹ ਇੱਕ ਆਹ ਫੰਕਸ਼ਨ ਜਿਹੜਾ ਹੋ ਰਿਹਾ ਇਸ ਤਰ੍ਹਾਂ ਇਕੱਠੇ ਹੋ ਕੇ ਕਰੀਏ, ਜਿਸ ਤਰ੍ਹਾਂ ਹੋ ਕੇ ਇਕੱਠੇ ਆਪਾਂ ਇੱਕ ਦੂਸਰੇ ਨੂੰ ਸੁਣੀਏ ਕਿ ਕਿੱਦਾਂ ਆਪਾਂ ਪਲਾਨ ਕੀ ਕਰਨਾ, ਕਿੱਦਾਂ ਐਜੂਕੇਟ ਲੋਕਾਂ ਨੂੰ ਕਰਨਾ ਹਨਾ, ਤੇ ਜਿਹੜੇ ਲੋਕ ਐਜੂਕੇਟਡ ਆਪਣੇ ਫੈਮਿਲੀ ਪਰਿਵਾਰਾਂ ਵਿੱਚ ਆਪਣੀ ਕਮਿਊਨਿਟੀ ਵਿੱਚ ਆ ਉਹਨਾਂ ਨੂੰ ਅੱਗੇ ਲਾ ਕੇ ਆਪਾਂ ਕਿੱਦਾਂ ਪਿੱਛੇ ਉਹਨਾਂ ਦੇ ਤੁਰਨਾ ਤੇ
ਇਸ ਤਰ੍ਹਾਂ ਦੇ ਕੋਈ ਪਲਾਨ ਹੋਣ ਤੇ ਮੇਰੇ ਖਿਆਲ ਨਾਲ ਆਪਾਂ ਕਰ ਸਕਦੇ ਹਾਂ, ਕਾਫੀ ਮੀਡੀਆ ਦੇ ਵਿੱਚ ਵੀ ਕਰ ਸਕਦੇ ਹਾਂ ਨਾ, ਤੇ ਜਿੱਦਾਂ ਆਪਾਂ ਕੱਟੜਤਾ ਵੱਲੋਂ ਛੱਡ ਕੇ ਥੋੜਾ ਦੂਸਰਾ ਰਸਤਾ ਅਪਣਾਉਣਾ ਮੇਰੇ ਖਿਆਲ ਵਿੱਚ ਚਾਹੀਦਾ। ਜੀ, ਜੋ ਮੈਨੂੰ ਦੇਖਣ ਵਿੱਚ ਆਇਆ ਜਿੱਥੇ ਤੱਕ ਮੈਂ ਦੇਖਿਆ ਕਿ ਸਾਡੇ ਗੁਰੂ ਸਾਹਿਬ ਨੇ ਤਾਂ ਸਾਰੇ ਧਰਮਾਂ ਨੂੰ ਇਕੱਠਾ ਕੀਤਾ, ਲੇਕਿਨ ਹੁਣ ਇਹ ਕਿਉਂ ਮਹਿਸੂਸ ਹੁੰਦਾ ਕਿ ਜਿਹਨਾਂ ਜਿਹੜਾ ਨੇ ਸਿੱਖ ਅੰਮ੍ਰਿਤ ਛਕਿਆ ਹੋਇਆ ਕਹਿੰਦੇ ਉਹੀ ਸਿੱਖ ਆ, ਦੂਸਰੇ ਨੂੰ ਕਿਉਂ ਨੇੜੇ ਨਹੀਂ ਆਉਣ ਦੇ ਰਹੇ, ਇਹਦੇ ਬਾਰੇ ਕੀ ਕਹੋਗੇ? ਮੈਂ ਉਹੀ ਕਿਹਾ ਸੀ ਕਿ ਆਪਾਂ ਨੂੰ ਥੋੜੀ ਜਿਹੀ ਕੱਟੜਤਾ ਵੱਲੋਂ ਪਿੱਛੇ ਹਟ ਕੇ ਆਪਾਂ ਨੂੰ ਹੁਣ ਮੇਰੇ ਵਰਗਿਆਂ ਨੂੰ ਵੀ ਚਾਂਸ ਮਿਲੇ ਆ, ਜਿੱਦਾਂ ਕਿ ਹਾਂ ਭਾਈ ਆਓ ਤੁਸੀਂ, ਕੋਈ ਗੱਲ ਨਹੀਂ, ਤੁਸੀਂ ਥੋੜਾ ਆਪਣੇ ਪਾਠ ਸ਼ੁਰੂ ਕਰੋ। ਤੇ ਮੇਰੇ ਖਿਆਲ ਇਸੇ ਤਰ੍ਹਾਂ ਜਿੱਦਾਂ ਆਪਣੇ ਯੰਗ ਜਿਹੜੇ ਯੂਥ ਗਰੁੱਪ ਹੈਗੇ ਆਪਣੇ ਕਾਫੀ ਇਸ ਪਾਸੇ ਨੂੰ ਚੱਲ ਰਹੇ ਆ, ਜੇ ਉਹਨਾਂ ਨੂੰ ਆਪਾਂ ਅੱਗੇ ਕਰਕੇ ਤੇ ਆਪਾਂ ਸੁਣੀਏ ਉਹਨਾਂ ਦੀ ਤੇ ਆਪਾਂ ਥੋੜਾ ਅਲਾਓ ਕਰੀਏ ਜਿਹੜੇ ਨਹੀਂ ਗੇ ਅੰਮ੍ਰਿਤਧਾਰੀ, ਉਹਨਾਂ ਨੂੰ ਇੱਕ ਦਿਨ ਚਲੋ ਉਹਨਾਂ ਨੂੰ ਕਹੀਏ ਆਓ ਨਾ ਤੇ ਆਓ ਆਪਾਂ ਤੁਸੀਂ ਇਸ ਪਾਸੇ ਲੱਗੋ, ਤੇ ਇੱਕ ਦਿਨ ਉਹਨਾਂ ਨੇ ਆਪ ਹੀ ਆਪਣੇ ਆਪ ਹੀ ਫਿਰ ਉੱਧਰ ਨੂੰ ਤੁਰ ਪੈਣਾ ਨਾ ਉਹ ਬਸ। ਥੋੜੀ ਜਿਹੀ ਆਪਾਂ ਜਿੱਦਾਂ ਮੇਰੀ ਸੋਚ ਵਿੱਚ ਇਹ ਆ ਕਿ ਆਪਾਂ ਥੋੜਾ ਕੱਟੜਤਾ ਵੱਲ ਜ਼ਿਆਦਾ ਆ ਨਾ, ਕਿ ਕਿਉਂ ਮੈਂ ਆਪ ਆਪਣਾ ਐਕਸਪੀਰੀਅੰਸ, ਮੈਂ ਸਾਰੇ ਤਾਂ ਨਹੀਂ ਕੁਛ ਲੋਕ ਜਿਹੜੇ ਅੰਮ੍ਰਿਤਧਾਰੀ ਆ, ਮੈਂ ਆਪਣਾ ਤੁਹਾਨੂੰ ਦੱਸਦਾ ਐਕਸਪੀਰੀਅੰਸ, ਮੇਰਾ ਐਕਸਪੀਰੀਅੰਸ ਹੈਗਾ ਕਿ ਉਹ ਸਾਡੇ ਨਾਲ ਹੱਥ ਮਿਲਾਉਣ ਤੋਂ ਵੀ ਥੋੜਾ ਗੁਰੇਜ ਕਰਦੇ ਆ, ਤੇ ਇਸ ਤਰ੍ਹਾਂ ਵੀ ਮੈਂ ਕਹਿੰਦਾ ਕਿ ਛੱਡੋ ਖਿਆਲ, ਆਪਾਂ ਥੋੜਾ ਲਾਈਏ ਨਾਲ ਆਪਣੇ ਜੋੜੀਏ ਦੂਸਰੇ ਵੀ ਦੂਸਰਿਆਂ ਨੂੰ ਵੀ। ਜੀ ਜੀ, ਤੁਸੀਂ ਇੰਨੇ ਪੁਰਾਣੇ ਇੱਥੇ ਸ਼ਹਿਰ 'ਚ ਰਹਿ ਰਹੇ ਹੋ, ਤੁਹਾਡਾ ਐਕਸਪੀਰੀਅੰਸ ਵੀ ਹਰ ਫੀਲਡ ਦੇ ਵਿੱਚ ਹੈਗਾ, ਹੁਣ ਤੁਸੀਂ ਰੀਅਲ ਸਟੇਟ ਦਾ ਵੀ ਕੰਮ ਕਰਦੇ ਹੋ, ਨਾਲ ਤੁਹਾਡੀ ਪੀਜ਼ਾ ਸ਼ੋਪ ਵੀ ਆ, ਕੋਈ ਐਸੀ ਚੀਜ਼ ਹੈਗੀ ਕਿ ਜਿਹੜੀ ਓਵਰਨਾਈਟ ਤੁਸੀਂ ਕਿਸੇ ਨੂੰ ਇਸ ਧਰਮ 'ਚੋਂ ਕੱਢ ਕੇ ਦੂਜੇ 'ਚ ਪਾ ਦਿਓ? ਮੈਨੂੰ ਲੱਗਦਾ ਨਹੀਂ, ਜੇ ਹੈਗੀ ਆ ਤਾਂ ਮੈਨੂੰ ਜ਼ਰੂਰ ਅੱਜ ਦੱਸ ਦਿਓ। ਮੈਂ ਫਿਰ ਵੀ ਕੇ ਪੀ ਸਿੰਘ ਜੀ ਦਾ ਨਾਮ ਲੈਣਾ, 52 ਸਾਲ 52 ਈਅਰਸ ਹੋ ਗਏ ਉਹਨਾਂ ਨੂੰ, ਇੱਕ ਪੱਗ ਵਾਲਾ ਬੰਦਾ ਇਸ ਇੰਡੀਅਨਐਪਲਿਸ ਵਿੱਚ ਹੁੰਦਾ ਸੀ ਜਿਹੜਾ ਉਸ ਉਹਨਾਂ ਟਾਈਮ ਤੇ, ਉਹਨਾਂ ਨੂੰ ਪਿੱਛੇ ਇੰਨੀਆਂ ਮੁਸ਼ਕਲਾਂ ਵੀ ਆਈਆਂ ਨੇ, ਤੇ ਉਹ ਕੇਸ ਕਟਾ ਕੇ ਆਪਣੇ ਚਲੋ ਦੂਸਰਾ ਵੀ ਬਣਾ ਸਕਦੇ ਸੀ, ਆਪਣਾ ਧਾਰਨ ਕਰ ਸਕਦੇ, ਪਰ ਉਹਨਾਂ ਨੇ ਇਹ ਚੈਲੰਜ ਲਿਆ, ਜਿੱਦਾਂ ਉਹਨਾਂ ਨੇ ਜਿਹੜਾ ਵੀ ਉਹਨਾਂ ਨੂੰ ਚੈਲੰਜ ਆਇਆ ਉਹਨਾਂ ਨੇ ਉਹਦੇ ਅੱਗੇ ਸਾਹਮਣਾ ਕੀਤਾ। ਇਸ ਤਰ੍ਹਾਂ ਮੈਂ ਕਹਿੰਦਾ ਕਿ ਚਲੋ ਮੈਨੂੰ ਆਪ ਜੋ ਮੈਂ ਇਸ ਟਾਊਨ ਵਿੱਚ ਬਰਾਉਂਸ ਵਾਰ ਪਹਿਲਾਂ ਆਇਆ ਤੇ ਮੈਨੂੰ ਵੀ ਬਹੁਤ ਲੋਕ ਬੜੇ ਬੁਰੀ ਤਰ੍ਹਾਂ ਦੇ, ਪਰ ਮੈਂ ਉਹਨਾਂ ਲੋਕਾਂ ਵੱਲ ਨੂੰ ਜਾ ਕੇ ਉਹਨਾਂ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਦੱਸਦਾ ਸੀ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਸਕੂਲਾਂ ਵਿੱਚ ਜਾ ਕੇ ਵੀ ਦੱਸਦਾ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਤੇ ਇਸ ਤਰ੍ਹਾਂ ਪਛਾਣ ਆਪਣੀ ਬਣਾ ਕੇ ਤੇ ਫਿਰ ਵਧੀਆ। ਹੁਣ ਆਪਾਂ ਦਸਤਾਰ ਸਜਾ ਕੇ ਪੂਰੇ ਟਾਊਨ ਵਿੱਚ ਜਿੱਥੇ ਮਰਜ਼ੀ ਜਾਈਦਾ ਲੋਕ ਜਾਣੂ ਹੋ ਜਾਂਦੇ ਵੀ ਹਾਂ ਕੌਣ ਆ ਨਾ, ਇਹ ਤਾਂ ਥੋੜਾ ਆਪਣਾ ਡਰਨਾ ਨਹੀਂ, ਬਸ ਚਾਹੀਦਾ ਕਿ ਪਿੱਛੇ ਨੂੰ ਜਾਣਾ ਤੇ ਅੱਗੇ ਕਿਸੇ ਨਾਲ ਗੱਲ ਨੀ ਕਰਨੀ, ਉਹਨੂੰ ਇੱਕਦਮ ਜਾਓ ਜਾ ਕੇ ਉਹਨਾਂ ਹੱਥ ਮਿਲਾ ਕੇ, ਜਾਂ ਵੈਸੇ ਉਹਨਾਂ ਨੂੰ ਇੰਟਰੋਡਿਊਸ ਤਾਂ ਆਪਣੇ ਆਪ ਨੂੰ ਕਰੋ ਕਿ ਹਾਂ ਮੈਂ ਦੇਖਿਆ ਮੈਂ ਓਵਰਨਾਈਟ ਤਾਂ ਨਹੀਂ, ਪਰ ਇਹ ਹੈ ਤਾਂ ਵੈਸੇ ਸਟਰਗਲ ਤੇ ਪੂਰੀ ਲਾਈਫ ਟਾਈਮ ਦੀ, ਪਰ ਫਿਰ ਵੀ ਜਿੰਨਾ ਵੀ ਹੋ ਸਕੇ ਆਪਾਂ, ਜਿੱਦਾਂ ਹੁਣ ਮੁੰਡੇ ਮੈਂ ਬੜਾ ਦੇਖ ਕੇ ਖੁਸ਼ੀ ਹਾਂ ਕਿ ਆਪਣੇ ਯੂਥ ਗਰੁੱਪ ਕਾਫੀ ਅੱਗੇ ਆ ਰਹੇ, ਦਸਤਾਰਾਂ ਵਾਲੇ ਮੁੰਡੇ ਨਾ ਕਾਫੀ ਪੱਕਾ ਵਧੀਆ ਵਧੀਆ ਸੱਜਦੇ ਆ, ਤੇ ਇਸੇ ਤਰ੍ਹਾਂ ਕਾਫੀ ਮੇਰੇ ਦੇਖਣ ਤੇ ਪਿਛਲੇ 42 ਸਾਲਾਂ ਚ ਚੇਂਜ ਕਾਫੀ ਆਏ ਆ, ਬੜਾ ਹੌਸਲਾ ਹੁੰਦਾ ਦੇਖ ਕੇ। ਜੀ ਜਸਵੀਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਟੀਵੀ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਵਾਹਿਗੁਰੂ ਜੀ। ਇਸੇ ਤਰ੍ਹਾਂ ਹੀ ਇਹ ਸੀ ਅੱਜ ਦਾ ਕਮਿਊਨਿਟੀ ਕਨੈਕਟ, ਜੋ ਆਪਾਂ ਇੱਥੇ ਹੀ ਇਹਨੂੰ ਸਮਾਪਤ ਕਰਦੇ ਹਾਂ, ਤੇ ਆਸ ਰੱਖਦੇ ਹਾਂ ਕਿ ਅਗਲੇ ਸੋਮਵਾਰ ਜਾਂ ਮੰਗਲਵਾਰ ਜ਼ਰੂਰ ਨਵੇਂ ਜਿਹੜੇ ਆਪਾਂ ਸੰਗਤ ਦੇ ਵਿੱਚੋਂ ਕਮਿਊਨਿਟੀ 'ਚੋਂ ਬੰਦੇ ਲੈ ਕੇ ਆਵਾਂਗੇ, ਜਿਹੜੇ ਇਸ ਬਾਰੇ ਹੋਰ ਵਿਚਾਰਾਂ ਕਰਾਂਗੇ। ਵਿਚਾਰ ਇੱਕ ਹਥਿਆਰ, ਜਿਹੜਾ ਮੈਂ ਕਹਿੰਦਾ ਹੁੰਦਾ ਕਿ ਵਿਚਾਰ ਹਥਿਆਰ ਬਜਾਅ ਤੋਂ ਬਿਨਾਂ ਕੋਈ ਮਾਲੀਆ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਦਿਓ ਜ਼ਿਆਦਾ ਜ਼ਿੰਮੇਵਾਰ ਨੂੰ, ਮਿਲਦੇ ਹਾਂ ਨੈਕਸਟ ਸੋਮਵਾਰ, ਨਵਾਂ ਐਪੀਸੋਡ, ਨਵੀਂ ਗੱਲਬਾਤ। ਧੰਨਵਾਦ।